ਜਿਹਾਂ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਆਪਣੀ ਗੋਦ ਵਿੱਚ ਬਿਠਾਇਆ, ਬੜੇ ਪ੍ਰੇਮ ਵਿੱਚ ਗੁਰੂ ਕੇ ਕੀਰਤਨੀਏ ਸ਼ਬਦ ਸਰਵਣ ਕਰਵਾ ਰਹੇ ਸਨ। ਜਿਸ ਸ਼ਬਦ ਦੇ ਅੰਦਰ ਇੱਕ ਮਿੰਨਤ ਹੈ, ਵੇਦਨਾ ਹੈ ਹਿਰਦੇ ਦੀ, ਜਿਸ ਸ਼ਬਦ ਦੇ ਅੰਦਰ ਤੜਪ ਹੈ, ਵਿਰਾਗ ਹੈ, ਬੜੀ ਵੱਡੀ ਜਿਗਿਆਸਾ ਹੈ, ਤਲਬ ਹੈ, ਬੜੀ ਡਾਢੀ ਪਿਆਸ ਹੈ ਮਿਲਾਪ ਦੀ, ਜਿਸ ਪਿਆਸ ਵਿੱਚ ਦੁਨੀਆਂ ਦੇ ਰਸ ਕਸ ਚੰਗੇ ਨਹੀਂ ਲੱਗਦੇ, ਚੈਨ ਸੁੱਖ ਆਰਾਮ ਸਭ ਕੁਝ ਜ਼ਿੰਦਗੀ ਵਿੱਚੋਂ ਇਹਦੀ ਲਾਲਸਾ ਮੁੱਕ ਜਾਂਦੀ ਹੈ। ਇੱਕੋ ਹੀ ਇੱਕ ਨਿਸ਼ਾਨਾ ਨਜ਼ਰ ਆਉਂਦਾ ਹੈ ਕਿ ਮੈਂ ਵਿਛੜੀ ਹੋਈ ਆਪਣੇ ਤੰਤ ਨਾਲ ਮਿਲ ਲਵਾਂ, ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਹਰ ਬਿਨ ਨੀਂਦ ਭੁੱਖ ਕਹੋ ਕੈਸੀ, ਕਾਪੜ ਤਨ ਨਾ ਸੁਖਾਵੇ। ਹਰ ਬਿਨ ਨੀਂਦ ਭੁੱਖ ਕਹੋ ਕੈਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇਰ ਦੁੱਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀ। ਬੜੀ ਡਾਢੀ ਤਲਬ ਹੈ, ਬੜਾ ਕਹਿ ਵੈਰਾਗ ਹੈ। ਗੁਰੂ ਕੀ ਬਾਣੀ ਨੇ ਸਾਨੂੰ ਸੋਝੀ ਦਿੱਤੀ ਸਾਧ ਸੰਗਤ, ਬਾਬਾ ਫਰੀਦ ਸਾਹਿਬ ਇੱਕ ਬਚਨ ਕਹਿੰਦੇ ਆ ਵੀ ਜਿਸ ਜ਼ਿੰਦਗੀ ਵਿੱਚ ਇੱਦਾਂ ਦਾ ਬਿਰਹੜਾ ਗਾਇਆ ਨਹੀਂ ਜਾਂਦਾ, ਇੱਦਾਂ ਦਾ ਝਰਨਾ ਵਿਰਾਗ ਦਾ ਫੁੱਟਦਾ ਨਹੀਂ, ਜਿਹਦੇ ਨੇਤਰ ਕਦੀ ਵਸਲ ਵਾਸਤੇ ਸੇਜਲ ਨਹੀਂ ਹੋਏ, ਜਿਹਦੇ ਅੰਦਰੋਂ ਕਦੀ ਕੰਤਲੀ ਹੂਕ ਨਹੀਂ ਉੱਠੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵੀ ਯਕੀਨਨ ਉਹ ਬੰਦਾ ਲਾਸ਼ ਹੈ, ਮਰ ਚੁੱਕਿਆ, ਮੁਰਦਾ ਹੈ ਉਹ। ਕਿਉਂਕਿ ਜਿਉਂਦੇ ਦੀ ਨਿਸ਼ਾਨੀ ਹੁੰਦੀ ਹੈ ਫੀਲਿੰਗ। ਤੁਸੀਂ ਕੁਝ ਸੁਣਦੇ ਹੋ, ਤੁਹਾਡੇ ਅੰਦਰ ਕਰੁਣਾ ਆਉਂਦੀ, ਕਦੀ ਦਇਆ ਆਉਂਦੀ ਹੈ, ਕਦੀ ਵਿਰਾਗ ਹੁੰਦਾ, ਕਦੀ ਤੁਸੀਂ ਇੰਨੇ ਭਾਵੁਕ ਹੋ ਜਾਂਦੇ ਹੋ ਵੀ ਨੇਤਰ ਬਰਸਣ ਲੱਗ ਪੈਂਦੇ ਆ, ਕਦੀ ਜੋਸ਼ ਆਉਂਦਾ, ਢਾਡੀ ਸਾਹਿਬ ਲੱਗਦੀ, ਜੋਸ਼ ਆ ਜਾਂਦਾ, ਸ਼ਬਦ ਸੁਣਦਿਆਂ ਵਿਰਾਗ ਆ ਜਾਂਦਾ, ਮਨ ਦਇਆ ਨਾਲ ਭਰ ਜਾਂਦਾ। ਜਦੋਂ ਇਹ ਫੀਲਿੰਗ ਉੱਠਦੀ ਅੰਦਰ, ਇਹਦਾ ਮਤਲਬ ਅੰਦਰ ਜ਼ਿੰਦਗੀ ਦੀ ਰੌਂ ਹੈਗੀ ਹੈ। ਅਤੇ ਜਦੋਂ ਮਨੁੱਖ ਚੱਲਦੀ ਫਿਰਦੀ ਲਾਸ਼ ਬਣ ਜਾਏ, ਉਹਦੇ ਅੰਦਰ ਫੀਲਿੰਗ ਉੱਠਣੀ ਬੰਦ ਹੋ ਜਾਂਦੀ, ਨਾ ਕਿਸੇ ਦਾ ਦਰਦ ਵੇਖ ਕੇ ਉਹ ਦਰਬਦਾ ਹੈ, ਨਾ ਕਿਸੇ ਦੀ ਪੀੜਾ ਵੇਖ ਕੇ ਉਹਨੂੰ ਕਰਨਾ ਆਉਂਦੀ ਹੈ, ਨਾ ਕਦੀ ਉਹਦੇ ਅੰਦਰ ਧਰਮ ਦਾ ਜਜ਼ਬਾ ਉਬਾਲ ਖਾਂਦਾ।
ਨਾ ਕਦੀ ਉਹਦੇ ਅੰਦਰ ਕਿਸੇ ਚੀਜ਼ ਦੀ ਭੁੱਖ ਪਿਆਸ ਮਹਿਸੂਸ ਹੋਈ ਹੈ, ਇਹਦਾ ਮਤਲਬ ਵੀ ਉਹ ਬੰਦਾ ਲਾਸ਼ ਬਣ ਚੁੱਕਿਆ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਜਿਹਨਾਂ ਦੇ ਹਿਰਦੇ ਅੰਦਰ ਵੈਰਾਗ ਦੇ ਇਹ ਜਿਹੜੇ ਰੰਗ ਨਹੀਂ ਬਣੇ, ਇਹ ਵੈਰਾਗ ਵਾਲੀ ਤਲਬ ਨਹੀਂ ਉੱਠੀ, ਇਹ ਯਕੀਨਨ ਉਹ ਮਰਿਆ ਹੋਇਆ। ਸਾਹਿਬ ਬੋਲਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਵਸਾਂ। ਜਦੋਂ ਬੰਦਾ ਮਰੇ, ਲੋਕਾਂ ਦੀ ਇੱਕ ਕਹਾਵਤ ਹੈ ਵੀ ਮਰਿਆ ਹੋਇਆ ਲੰਘਦਾ ਪਿਆ, ਹੈ ਨਾ, ਮਰਿਆ ਹੋਇਆ ਤੇ ਫਿਰਦਾ ਪਿਆ, ਜਿਹਨੂੰ ਕਹਿੰਦੇ ਮਸਾਣ ਹੈ, ਭੂਤ ਨੇ, ਉਹ ਤੇ ਪਤਾ ਨਹੀਂ ਫਿਰਦਾ ਕਿ ਨਹੀਂ ਫਿਰਦਾ, ਪਰ ਜਿਉਂਦੇ ਜੀ ਜਿਹੜੀਆਂ ਲਾਸ਼ਾਂ ਫਿਰਦੀਆਂ ਨੇ ਉਹ ਜ਼ਰੂਰ ਮਸਾਣ ਨੇ, ਜਿਉਂਦੇ ਜੀ ਭੂਤ ਨੇ ਉਹ ਲੋਕ ਜਿਹਨਾਂ ਦੇ ਅੰਦਰੋਂ ਵਿਰਾਗ ਵਾਲੀ ਇਹ ਹੂਕ ਹੀ ਨਹੀਂ ਉੱਠੀ, ਇਹ ਤਲਬ ਹੀ ਨਹੀਂ ਜਾਗੀ, ਇਹ ਪਿਆਸ ਹੀ ਨਹੀਂ ਲੱਗੀ ਜਿਹਨਾਂ ਨੂੰ। ਹੇ ਦਾਤਾ ਬਖਸ਼ਿਸ਼ ਕਰ, ਮੇਰਾ ਮਨ ਲੋਚਿਆ ਗੁਰਦਰਸ਼ਨ ਕਰੇ, ਬਿਲਪ ਕਰੈ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦੇਖੈ ਗੁਰਦੁਆਰੇ ਜੀ। ਲੋਚਾ ਕੀ ਹੈ? ਹਰ ਨਿਰਣੈ ਨੂੰ ਮਨ ਲੋਚਦਾ, ਆਪਣੀ ਬਖਸ਼ਿਸ਼ ਕਰ ਅਸੀਂ ਮਿਲ ਸਕਦੀ ਹੈ। ਕਿੰਨੇ ਪ੍ਰੇਮ ਭਰੀ ਬੇਨਤੀ ਜਿਹੜੀ ਸਾਨੂੰ ਸਾਹਿਬ ਨੇ ਸਿਖਾਈ, ਹਰ ਮਿਲਣੈ ਨੋ ਮਨ ਲੋਚਦਾ, ਹਰ ਮਿਲਣੈ ਨੋ ਮਨ ਲੋਚਦਾ, ਮਨ ਲੋਚਦਾ, ਕਰਮ ਮਿਲਾਵਣ ਹਾਰ, ਕਰਮ ਮਿਲਾ ਮਹਾਰਾਜ ਅਸੀਂ ਮਿਲ ਸਕਦੇ। ਸਾਧ ਸੰਗਤ, ਫਲ ਕਿਹੜੇ ਬੂਟੇ ਨੂੰ ਲੱਗਦਾ? ਜਿਹੜਾ ਬੂਟਾ ਜਿਉਂਦਾ ਹੁੰਦਾ। ਜਿਉਂਦਾ ਕਿਹੜਾ ਬੂਟਾ ਹੁੰਦਾ? ਜਿਹਦੀਆਂ ਜੜ੍ਹਾਂ ਧਰਤੀ ਨਾਲ ਲੱਗੀਆਂ ਹੁੰਦੀਆਂ। ਜੜ੍ਹਾਂ ਸੁੱਕ ਜਾਣ ਤੇ ਬੂਟਾ ਡੈੱਡ ਹੋ ਜਾਂਦਾ, ਪੌਦਾ ਡੈੱਡ ਹੋ ਜਾਂਦਾ, ਨਾ ਉਹਦੇ 'ਤੇ ਸੁੰਦਰਤਾ ਰਹਿੰਦੀ ਹੈ, ਨਾ ਉਹ ਠੰਡੀ ਛਾਂ ਦਿੰਦਾ ਹੈ, ਨਾ ਉਹ ਮਿੱਠਾ ਫਲ ਦਿੰਦਾ। ਮਿਲਾਪ ਅਤੇ ਫਲ ਵਾਸਤੇ ਸਾਡੀਆਂ ਜੜ੍ਹਾਂ ਦਾ ਲੱਗੇ ਹੋਣਾ ਬੜਾ ਜ਼ਰੂਰੀ ਹੈ। ਜੜ੍ਹਾਂ ਕਦੋਂ ਲੱਗਦੀਆਂ? ਜਦੋਂ ਬੀਜ ਪੈਂਦਾ। ਮਿਲਾਪ ਦਾ ਫਲ ਅਤੇ ਸ਼ੁਰੂਆਤ ਬੀਜ, ਇੱਕ ਨਾ ਤੁਸੀਂ ਬਾਰਾਂ ਮਾਹਾਂ ਦਾ ਪਾਠ ਸੁਣਦੇ ਹੋ, ਬਾਣੀ ਪੜ੍ਹਦਿਆਂ ਕਦੀ ਧਿਆਨ ਨਾਲ ਉਹਨੂੰ ਵਾਚਿਆ ਕਰੋ। ਵੈਸੇ ਮਹੀਨਿਆਂ ਦੀ ਆਰੰਭਤਾ ਜਿਹੜੀ ਆ ਉਹ ਵੱਖਰੇ ਢੰਗ ਨਾਲ ਹੁੰਦੀ ਆ, ਵੀ ਜਿਹੜੀ ਸਤਿਗੁਰ ਜੀ ਨੇ ਕੀਤੀ ਬਾਰਾਂ ਮਾਹਾਂ ਦੀ, ਚੇਤ ਗੋਬਿੰਦ ਅਰਾਧੀ ਹੈ, ਇੱਥੋਂ ਆਰੰਭ ਚੇਤ ਤੋਂ ਅਤੇ ਸੰਪੂਰਨ ਤਾਂ ਕਿੱਥੇ ਜਾ ਕੇ? ਫਲ ਗੁਣ ਆਨੰਦ ਉਪਾਰਜਣਾ, ਚੇਤ ਗੋਬਿੰਦ ਅਰਾਧੀ ਹੈ, ਚੇਤੇ ਦਾ ਬੀਜ ਪੈਂਦਾ ਅਤੇ ਫਿਰ ਫਲਾਂ ਤੱਕ ਪਹੁੰਚਦਾ। ਧਰਤੀ ਦਾ ਤਿਆਰ ਕਰਨਾ, ਯਾਦ ਦਾ ਬੀਜ ਪੈਣਾ, ਯਾਦ ਕਦੋਂ ਆਏਗੀ? ਜਦੋਂ ਸਾਡੇ ਕੰਨਾਂ ਦੀ ਪਰਦੇ ਖਿੜਕੀਆਂ ਖੁੱਲੀਆਂ ਹੋਣਗੀਆਂ, ਅੰਦਰ ਗੁਰੂ ਦੇ ਬਚਨ ਜਾਣਗੇ ਅਤੇ ਉਹ ਬਚਨ ਫਿਰ ਬੀਜ ਬਣ ਕੇ ਸਾਡੇ ਹਿਰਦੇ ਅੰਦਰ ਪੌਦੇ ਨੂੰ ਪ੍ਰਫੁੱਲਤ ਕਰਦੇ, ਜੇ ਪ੍ਰੇਮ ਦਾ ਪਾਣੀ ਪੈਂਦਾ ਰਹੇ। ਪਿਛਲੇ ਦਿਨ ਨਾ ਵਿਚਾਰ ਇੱਕ ਪੰਕਤੀ ਦੀ ਕੀਤੀ ਸੀ, ਭਾਈ ਸਾਹਿਬ ਵੱਲੋਂ ਸ਼ਬਦ ਪੜ੍ਹਿਆ ਸੀ ਤੇ ਮੈਂ ਇੱਥੇ ਵਿਚਾਰ ਛੱਡ ਦਿੱਤੀ ਸੀ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ, ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ, ਆਇਓ ਸ਼ਰਨ ਦੀਨ ਦੁੱਖ ਭੰਜਨ, ਚਿਤਵਾ ਤੁਮਰੀ ਦੁਖੋਰ, ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਤੋਰ। ਰਸਨਾ ਗੁਣ ਗੋਪਾਲ ਨਿਧ ਗਾਇਨ। ਸਾਧ ਸੰਗਤ, ਪਹਿਲੀ ਗੱਲ ਦੇਖੋ, ਤੁਸੀਂ ਸਾਰੇ ਪੰਜਾਬ ਨਾਲ ਰਿਲੇਟਡ ਹੋ ਅਤੇ ਖੇਤੀ ਬਾਰੇ ਤੁਹਾਨੂੰ ਗਿਆਨ ਹੈ। ਫਸਲ ਬੀਜਣ ਤੋਂ ਪਹਿਲਾਂ, ਬੀਜ ਬੀਜਣ ਤੋਂ ਪਹਿਲਾਂ ਕੁਝ ਸ਼ਰਤਾਂ ਨੇ, ਕੁਝ ਕੰਡੀਸ਼ਨਸ ਨੇ। ਮੈਦਾਨ ਪਿਆ ਹੋਇਆ, ਬੀਜ ਨਹੀਂ ਬੀਜਿਆ ਜਾ ਸਕਦਾ।
ਪਹਿਲਾਂ ਉਹਨੂੰ ਖੇਤ ਬਣਾਉਣਾ ਪੈਂਦਾ। ਧਰਤੀ ਉਹੀ ਹੈ, ਮਿੱਟੀ ਉਹੀ ਹੈ, ਮੈਦਾਨ ਵਿੱਚ ਅਤੇ ਖੇਤ ਵਿੱਚ ਅੰਤਰ ਬਣਿਆ। ਤੁਸੀਂ ਸੂਰਤਗੜ੍ਹ ਵੱਲ ਨੂੰ ਚਲੇ ਜਾਓ, ਬੀਕਾਨੇਰ ਵੱਲ ਨੂੰ ਚਲੇ ਜਾਓ, ਤੁਹਾਨੂੰ ਸੈਕੜੇ ਮੁਰੱਬੇ ਜ਼ਮੀਨ ਖੁੱਲ੍ਹੀ ਦਿਸੇਗੀ, ਉਹਨੂੰ ਖੇਤ ਨਹੀਂ ਕਿਹਾ ਜਾਂਦਾ। ਜ਼ਮੀਨ ਹੈਗੀ ਹੈ ਪਰ ਖੇਤ ਨਹੀਂ ਹੈ। ਤੁਸੀਂ ਪੂਰਬ ਵਾਲੇ ਪਾਸੇ ਨੂੰ ਚਲੇ ਜਾਓਗੇ, ਤੁਹਾਨੂੰ ਸੈਕੜੇ ਮੀਲ ਜੰਗਲ ਦਿਸੇਗਾ, ਜ਼ਮੀਨ ਹੈਗੀ ਹੈ ਪਰ ਖੇਤ ਨਹੀਂ ਹੈ। ਖੇਤ ਬਣਾਉਣ ਵਾਸਤੇ ਕੀ ਕਰਨਾ ਪੈਂਦਾ? ਖੇਤ ਕਦੋਂ ਕਹਿੰਦੇ ਹਾਂ ਅਸੀਂ? ਸੈਕੜੇ ਕਿੱਲਿਆਂ ਦੇ ਵਿੱਚ ਫੈਲਿਆ ਹੋਇਆ ਮਾਰੂਥਲ ਹੈ, ਖੇਤ ਕਦੋਂ ਕਹਿੰਦੇ ਆ? ਥੋੜ੍ਹਾ ਜਿਹਾ ਆਪਣੇ ਦਿਮਾਗ ਨੂੰ ਵਰਤੀਓ। ਖੇਤ ਦੀ ਕੀ ਨਿਸ਼ਾਨੀ? ਆਪਾਂ ਨੂੰ ਤਾਂ ਪਤਾ ਜੜ੍ਹਾਂ ਲੱਗੀਆਂ ਤੁਹਾਡੀਆਂ ਸਾਰਿਆਂ ਦੀਆਂ ਪੰਜਾਬ ਨਾਲ, ਖੇਤੀ ਇੱਥੇ ਕਰਦੇ ਆਇਓ, ਵੇਖੀ ਹੈ ਤੁਸੀਂ। ਖੇਤ ਉਦੋਂ ਬਣਦਾ ਜਦੋਂ ਉਹਦਾ ਉਹਦੀ ਬਾਰਡਰ ਲਾਈਨ ਹੋਵੇ, ਉਹਦੇ ਕਿਨਾਰੇ ਹੋਣ, ਉਹਦੇ ਬੰਨ ਹੋਣ, ਉਹਦੀਆਂ ਵੱਟਾਂ ਹੋਣ, ਜਾਂ ਡੌਲਾ ਕਹਿੰਦੇ ਆ ਸਾਡੇ ਪੁਆਧ ਦੇ ਇਲਾਕੇ। ਜੇ ਡੌਲਾ ਨਹੀਂ, ਵੱਟਾਂ ਨਹੀਂ, ਬੰਨ ਨਹੀਂ, ਤੇ ਉਹ ਮੈਦਾਨ ਹੋ ਸਕਦਾ, ਖੇਤ ਨਹੀਂ ਹੋ ਸਕਦਾ। ਤੇ ਸਿਆਣਾ ਜਿਹੜਾ ਕਿਸਾਨ ਹੈ ਉਹ ਕੋਈ ਵੀ ਫਸਲ ਬੀਜੇ ਤੇ ਪਹਿਲਾਂ ਉਹਦੀਆਂ ਵੱਟਾਂ ਛਾਲਦਾ, ਪਹਿਲਾਂ ਬੰਨ ਤਿਆਰ ਕਰਦਾ। ਜਦੋਂ ਉਹਦੇ ਬੰਨ ਕਿਨਾਰੇ ਤਿਆਰ ਹੁੰਦੇ ਆ ਤੇ ਫਿਰ ਉਹਦੇ ਅੰਦਰਲੀ ਜਿਹੜੀ ਜ਼ਮੀਨ ਹੁੰਦੀ ਆ ਉਹਨੂੰ ਕਿਹਾ ਜਾਂਦਾ ਖੇਤ। ਫਿਰ ਖੇਤ ਨੂੰ ਸ਼ੁੱਧ ਕਰਨਾ, ਸਾਫ ਕਰਨਾ, ਫਿਰ ਖੇਤ ਨੂੰ ਪੋਲਿਆਂ ਕਰਨਾ, ਫਿਰ ਖੇਤ ਵਿੱਚ ਬੀਜ ਬੀਜਣਾ, ਮਿਲਾਪ ਦਾ ਫਲ ਲੱਗਣਾ। ਇਹ ਜਿਹੜਾ ਬਚਨ ਭਾਈ ਸਾਹਿਬ ਪੜ੍ਹ ਰਹੇ ਸੀ, ਕੋਈ ਆਣ ਮਿਲਾਵ ਹੈ ਮੇਰਾ ਪ੍ਰੀਤਮ ਪਿਆਰ, ਆਪ ਜੀ ਸੁਣਦੇ ਹੋ ਕਈ ਵਾਰ, ਇਹ ਮਿਲਣ ਦੀ ਤਲਬ ਕਦੋਂ ਜਾਗਦੀ, ਮਿਲਾਪ ਦਾ ਫਲ ਕਦੋਂ ਲੱਗਦਾ? ਮੈਂ ਨੈਣੀ ਨੀਂਦ ਨਾ ਆਵੇ ਜੀ, ਉਹ ਭਾਵੇ ਅੰਨ ਨਾ ਪਾਣੀ, ਮਿਲ ਮੇਰੇ ਪ੍ਰੀਤਮਾਂ ਦੀ, ਹੁਣ ਤੁਝ ਬਿਨ ਖਰੀ ਨਿਮਾਣੀ। ਵਿਰਾਲਤੇ ਉੱਥੇ ਅੰਦਰ, ਪਰ ਇਹ ਫਲ ਚੱਖਾਂਗੇ ਕਦੋਂ ਅਸੀਂ? ਇਹਦਾ ਰਸ ਕਦੋਂ ਆਵੇਗਾ ਸਾਨੂੰ? ਅਜੇ ਤੇ ਤੜਪ ਹੀ ਰਹੇ ਹਾਂ। ਉਹਦਾ ਪ੍ਰੋਸੈਸ ਹੈ ਇੱਕ ਸਾਲ ਸਿੱਧਤ। ਮਹਾਰਾਜ ਨੇ ਬੜੇ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ। ਗੁਰੂ ਸਾਹਿਬ ਜੀ ਨੇ ਕਿਹਾ, ਮਨ ਹਾੜੀ ਕਿਰਸਾਣੀ ਕਰਨੀ, ਸਰਮ ਪਾਣੀ, ਤਨ ਖੇਤ, ਨਾਮ ਬੀਜ, ਸੰਤੋਖ ਸੁਹਾਗਾ, ਐਨ ਕਲੀਅਰ ਕੀਤੀ ਗੱਲ। ਸਾਡੀਆਂ ਮਾਵਾਂ ਭੈਣਾਂ ਬੈਠੀਆਂ ਸਮਝਾਉਣ ਵਾਸਤੇ ਕਿੱਡੇ ਕਮਾਲ ਦਾ ਤਰੀਕਾ ਵਰਤਿਆ। ਭਾਂਡਾ ਧੋਏ ਬਹਿਸ ਧੂਪ ਦੇਵੋ, ਤਾਂ ਦੁੱਧ ਹੈ ਕੋ ਜਾਓ, ਦੁੱਧ ਕਰਮ ਹੁਣ ਸੁਰਤ ਸਮਾਇਨ ਹੋਏ, ਨਿਰਾਸ ਜਮਾਓ। ਇਹ ਮਨ ਈਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ। ਇਹ ਬੇਦੇ ਅੰਮ੍ਰਿਤ ਪਾ। ਈਟੀ ਕੀ ਹੁੰਦਾ? ਜਿਹੜੀਆਂ ਵਧਾਣੀ ਦੀਆਂ ਗੁੱਲੀਆਂ ਹੁੰਦੀਆਂ ਸੀ, ਨੇਤਰਾ ਜਿਹੜੀ ਰੱਸੀ ਲਪੇਟੀ ਹੁੰਦੀ ਸੀ। ਮੈਂ ਤਾਂ ਆਪ ਨੂੰ ਬੇਨਤੀ ਕੀਤੀ ਸੀ ਵੀ ਇਹ ਸ਼ਬਦਾਂ ਨੂੰ ਸਮਝਣ ਵਾਸਤੇ ਨਾ ਸਿੱਖਾਂ ਨੂੰ ਇੱਕ ਸੁੰਦਰ ਜਿਹਾ ਮਿਊਜ਼ੀਅਮ ਬਣਾਉਣ ਦੀ ਜ਼ਰੂਰਤ ਹੈ, ਜਿੱਥੇ ਪੰਕਤੀਆਂ ਵੀ ਲਿਖੀਆਂ ਹੋਣ ਅਤੇ ਸਾਡੇ ਬੱਚੇ ਸਮਝ ਸਕਣ ਨੇਤਰਾ ਕੀ ਹੁੰਦਾ, ਮਧਾਣੀ ਕੀ ਹੁੰਦੀ ਹੈ, ਈਟੀਆਂ ਕੀ ਹੁੰਦੀਆਂ। ਮਨ ਨੂੰ ਈਟੀ ਬਣਾਉਣਾ, ਜਿਵੇਂ ਮਾਵਾਂ ਨੇ ਹੱਥ ਵਿੱਚ ਲੱਕੜ ਦੀਆਂ ਦੋ ਗੁੱਲੀਆਂ ਫੜੀਆਂ ਹੁੰਦੀਆਂ ਸੀ ਅਤੇ ਨੇਤਰਾ ਖਿੱਚਦੀਆਂ ਸੀ ਨਾ, ਲੱਸੀ ਖਿੱਚਦੀਆਂ ਸੀ, ਥੱਲੇ ਮਧਾਣੀ ਘੁੰਮਦੀ ਸੀ। ਇਹ ਮਨ ਈਟੀ ਹਾਥ ਕਰੋ, ਮਨ ਨੂੰ ਆਪਣਾ ਸਮਝ ਲਾ ਕੰਟਰੋਲ 'ਚ ਰੱਖਣਾ। ਉਹ ਹੁਣ ਮਧਾਣੀ ਦੀ ਚਾਲ, ਉਹਨਾਂ ਦੀਆਂ ਜਿਹੜੀ ਮੁੱਠੀ ਵਿੱਚ ਲੱਕੜੀ ਫੜੇ ਨੇ ਦੋ ਪੀਸ, ਜਿਹਦੇ ਨਾਲ ਰੱਸੀ ਬੱਝੀ ਹੁੰਦੀ ਨੇਤਰਾ, ਉਹਦੇ 'ਤੇ ਡਿਪੈਂਡੈਂਟ ਸੀ। ਮਧਾਣੀ ਦਾ ਸਾਰਾ ਬੈਲੈਂਸ ਉਹਨਾਂ ਦੇ ਕੰਟਰੋਲ ਵਿੱਚ ਹੈ, ਮੁੱਠੀ 'ਚ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਵੀ ਮਨ ਨੂੰ ਈਟੀ ਬਣਾ ਅਤੇ ਦਲਿੱਦਰ ਦਾ ਤਿਆਗਣਾ ਨੇਤਰਾ ਬਣਾ, ਉਹ ਰੈਗੂਲਰ ਚੱਲਦਾ ਰਹੇ। ਅੰਤਸ਼ ਕਰਨ ਦਾ ਭਾਂਡਾ ਸਾਫ ਕਰ, ਸੁਰਤ ਦਾ ਟਿਕਣਾ ਸਮਾਇਣ, ਸੁਰਤ ਸਮਾਇਣ ਜਾਗ ਲਾਉਣਾ ਵਿੱਚ, ਇਹ ਪ੍ਰਮਾਣ ਨੇ ਬੜੇ ਖੂਬਸੂਰਤ। ਫਿਰ ਉਹਦੇ ਵਿੱਚੋਂ ਤੱਤ ਨਿਕਲਦਾ, ਜਿਵੇਂ ਮਾਵਾਂ ਦੁੱਧ ਵਿੱਚੋਂ ਦਹੀਂ ਵਿੱਚੋਂ ਮੱਖਣ ਕਰਦੀਆਂ ਸੀ। ਸੋ ਅੱਜ ਸਾਧ ਸੰਗਤ ਇਹ ਵੇਖੀਏ ਵੀ ਮਿਲਾਪ ਦਾ ਫਲ ਕਿਵੇਂ ਚੱਖਾਂਗੇ। ਮਨ ਤਨ ਨਿਰਮਲ ਕਰਤ ਕਿਆਰ। ਕਿਆਰਾ ਕੀ ਹੈ? ਸਾਡਾ ਪਾਣਾ। ਤੇ ਕਿਆਰੇ 'ਚ ਖੇਤ ਫਸਲ ਬੀਜਣ ਵਾਲਾ ਕੌਣ? ਹਾੜੀ ਕਹਿੰਦੇ ਸੀ। ਖੇਤ ਹੈ ਤਨ ਤੇ ਹਾੜੀ ਹੈ ਮਨ। ਤੁਸੀਂ ਸਿਆਣੇ ਗੁਰਸਿੱਖ ਬੈਠੇ ਹੋ, ਪਹਿਲੀ ਗੱਲ ਇੱਕ ਵੀ ਜ਼ਿਮੀਂਦਾਰ ਦਾਅਵਾ ਕਰੇ ਵੀ ਮੇਰੀ 50 ਕਿੱਲੇ ਜ਼ਮੀਨ ਹੈ, 2 ਮੇਰੇ ਟਰੈਕਟਰ ਨੇ, 5-7 ਮੇਰੀਆਂ ਮੋਟਰਾਂ ਨੇ, ਅਤੇ ਉਹਨੂੰ ਕੋਈ ਪੁੱਛੇ ਵੀ ਹਾੜੀਆ ਕਦੀ ਖੇਤ 'ਚ ਵੜਿਆ ਹੀ ਨਹੀਂ, ਤੇ ਫਸਲ ਦੀ ਆਸ ਹੋ ਸਕਦੀ ਹੈ? ਭਲਾ ਜ਼ਮੀਨ ਕਿਸਾਨ ਦੀ 50 ਕਿੱਲੇ ਹੋਵੇ, 100 ਕਿੱਲੇ ਹੋਵੇ, ਅਤੇ ਕਿਸਾਨ ਕਹੇ ਮੈਂ ਖੇਤ ਵਿੱਚ ਕਦੀ ਨਹੀਂ ਵੜਿਆ, ਜਿਹਨੇ ਬੀਜ ਬੀਜਣਾ, ਜਿਹਨੇ ਫਸਲ ਵਾਹੁਣੀ ਹੈ,
जिन्हें मेहनत करनी है वह प्रेजेंट ही नहीं है कि आस रखांगे भी उस उत्थे साधन भी हो जमीन भी हो फसल भी हो सकती हूँ हाली कौन है साडा मन मन हाली कित्थे है जी आप अपने ठीक है भागा वाले गुरसिख तुसी बैठे हो एकाग्रता बना के जदों असी अपनी जिंदगी के अंदर मिलाप के फल की भुख रखते हैं पहला वेखिए भी हाली कितने असं दोष दें जी वाहगुरु तो उठता ही नहीं जी सारी उम्र लंघ गई जी पहला तैयारी की फस खेत तैयार होया हाली हैगा उसके दिन खेत तैयार करना फिर बीज बीजना सी फिर पानी लाना सी उन्हों प्रोसैस में तो गुजरे नहीं तो असी इन्ने चंचल हाँ इन्ने काले हाँ जी जो असी मंगे जी सानू तो दर्शन नहीं हुए जी असी तो जी वह हो गया जी पहला मन तन निर्मल करत क्यारो क्यारा बना ते खेत साफ कर खेत जिंदगी नू साफ करना ते क्यारा मतलब बॉर्डर लाइन मिटनी कोई हाशिया उन्हों वट कहो बन्ना कहो डौला कहो जो मर्जी कहो आखिर एक बॉर्डर लाइन हैगी है ना कोई हथबंदी हैगी है ना हथबंदी की है जिंदगी का जापता जिंदगी का संजम जिंदगी की मर्यादा ये हद नूं पार नहीं करना सी साडे खाण विच संजम होवे साडे तकण विच संजम होवे साडी जुबान उत्ते लगाम होवे जिहनूं बाबे ने कहा ना कहिंदे ओह धर्म दा चिन्ह पा के धर्मी बन वालिया तू कहना भी मैं तग पहन लिया तो मैं धर्मी बन गया गल ब्राह्मण वास्ते नहीं साडे वास्ते भी है साहब कहिंदे भी इस तग दे नाल कल्ला ढिड नूं नहीं सी बंधना अपने इंद्रियां धर्म दे तागे नाल इंद्रिय बंधने सी तू तो पिंडे ते पा लिया तो क्या मैं धर्मी बन गया तग ना इंद्री तग ना नाड़ी भलके थुक पदा नित दाड़ी दाड़ी इस इज्जतदार लायक सी ते जदों इंद्रियां संजम विच नहीं जापते विच नहीं खेत नहीं बनाया तग नहीं बन्निया कोई कुंडा सिर दे उत्ते है नहीं है ते फिर उस इज्जत उत्ते थुक्कां पैंदियां तग ना इंद्री तग ना नाड़ी भलके थुक पवै नित दाड़ी तग ना पैरी तग ना हथी चग तग ना जिहवा तग ना अखी वे तगा आपे वत्तै वट तागे अवरै कत्तै ना तेरिया अखां दे उत्ते संजम ना तेरी जीभ उत्ते संजम ना तेरे कन्ना उत्ते संजम जापता तां चाहीदा सी ना मन कुंचर सुनियो कुंचर कहते हाथी मन कुंचर पीलक गुरु ज्ञान कुंडा जह खिंचै तह जाए हाथी कितना बलवान है उन्हें रस्सियां नाल बनने का यत्न करिए तो बन सकांगे उन्हें असी कहिए बकरी के बच्चे वांग उन्हें फाड़ लीए काबू कर लीए कर सकांगे हाथी बड़ा बलवान है पर उही हाथी जदों अपने खसम के महावत के कुंडे नूं समझदा ते सिर ते कुंडा मारदा ते बैठ जांदा कुंडा मारदा ते उठ पैंदा सज्जे मुड़दा कब कदी वेख्या हाथियां वाले सिर ते बैठे हुए महावत हजूर कहिंदे भी मन हाथी है ते गुरु महावत है उहदा ज्ञान सिर दे उत्ते कुंडा है ते जिन्हां जिन्हां हाथियां दे सिर दे उत्ते कुंडा आ गया ना उहनां दी एनर्जी उहनां दी पावर उहनां दा बल उस सारू पासे नूं तुर पे ते जिहड़े हाथियां दे सिर ते कुंडा नहीं है वह उजाड़ दिंदे आ बाग उजाड़ दिंदे पिंड उजाड़ दिंदे हुण असीं वेखीए जापता इहनूं कहिंदे जिंदगी दा जापता गुरु दा ज्ञान साडे सिर ते कुंडा है साडी जिंदगी दा जापता है साडा बॉर्डर लाइन है साडा हाशिया है जिहदे अंदर असीं रहना है जिहनूं असीं धर्म कहिंदे आ जिहनूं असीं मर्यादा कहिंदे आ भगा वाले ये मर्यादा कोई बोझ नहीं है अज साडी जनरेशन जिहड़ी है ना नौजवान पीढ़ी उन्हें ऐ लगन लग पैंदा भी मर्यादा की गल कीती शायद आजादी खुस जानी है इहदी डेफिनेशन की समझन लग पे आ भी जदों असीं कहिंदे आ कहीए भी मर्यादा च रहना मर्यादा च रहना ते ये एक वखरा जिहा कल्चर वो ये सोच रहा भी शायद जिहनूं आजादी कहिंदे आ उहदे ते मर्यादा का गलबा पै जाणा नहीं नहीं ऐसा नहीं है गुरमुखो मर्यादा का मतलब आजादी के उत्ते गलबा नहीं है आजादी नहीं होनी मर्यादा का मतलब जिंदगी नूं सवारना है जिंदगी नूं सवारना है
ਮਰਯਾਦਾ ਹੈ ਨਾ, ਨਦੀ ਵਗ ਰਹੀ ਹੈ ਉਹਦੀ ਮਰਯਾਦਾ ਹੈ, ਕਿਸੇ ਬੰਨ ਦੇ ਅਧੀਨ ਹੈ, ਕਿਸੇ ਕੰਟਰੋਲ ਦੇ ਅਧੀਨ ਹੈ, ਕੋਈ ਉਹਦੀ ਬਾਰਡਰ ਲਾਈਨ ਹੈਗੀ ਹੈ ਨਾ ਨਦੀ ਦੀ, ਉਹਦਾ ਪਾਣੀ ਫਸਲਾਂ ਪਾਲ ਸਕਦਾ, ਪਿਆਸ ਬੁਝਾ ਸਕਦਾ, ਬੰਦੇ ਪਾਲ ਸਕਦਾ, ਤੇ ਜੇ ਉਹਦਾ ਬਾਰਡਰ ਟੁੱਟ ਗਏ ਫਿਰ ਕੀ ਹੋਏਗਾ? ਵਿਨਾਸ਼। ਨਦੀ ਕਿਸੇ ਸੀਮਾ ਵਿੱਚ ਹੈ ਤੇ ਉਹ ਵਿਕਾਸ ਕਰ ਰਹੀ ਹੈ, ਉਹਦੀ ਮਰਯਾਦਾ, ਉਹਦਾ ਜਾਪਤਾ, ਉਹਦਾ ਸੰਜਮ ਕਿਸੇ ਨੂੰ ਜ਼ਿੰਦਗੀ ਦੇ ਰਿਹਾ, ਤੇ ਜੇ ਉਹਦਾ ਜਾਪਤਾ ਟੁੱਟ ਗਿਆ, ਜ਼ਿੰਦਗੀ ਦੇਣ ਵਾਲਾ ਪਾਣੀ ਜ਼ਿੰਦਗੀ ਖੋਲੇਗਾ। ਡੈਮ ਬਣੇ ਹੋਏ ਆ ਡੇਢ ਵੱਡੇ, ਇੱਕ ਦਿਨ ਡੈਮ ਟੁੱਟ ਜੇ ਸਾਰਾ ਉੱਤਰੀ ਭਾਰਤ ਡੁੱਬ ਸਕਦਾ। ਕਿੰਨੀ ਬਿਜਲੀ ਪੈਦਾ ਹੋ ਰਹੀ ਹੈ, ਕਿੰਨਾ ਤਰੱਕੀ ਹੋ ਰਹੀ ਹੈ, ਤੇ ਜੇ ਉਹਦਾ ਬੰਨ ਟੁੱਟ ਜਾਏ। ਇਸ ਲਈ ਇਹ ਜਾਪਤਾ, ਇਹ ਕੁੰਡਾ, ਇਹ ਮਰਿਆਦਾ, ਇਹ ਧਰਮ ਦਾ ਸਿਰ ਦੇ ਉੱਤੇ ਜਿਹੜਾ ਅੰਕੁਸ਼ ਹੈ, ਇਹ ਬੋਝ ਨਹੀਂ ਹੈ ਆਜ਼ਾਦੀ ਦੇ ਉੱਤੇ। ਤੁਸੀਂ ਇਸ ਦੇਸ਼ ਵਿੱਚ ਵੱਸ ਰਹੇ ਹੋ, ਤੁਹਾਡਾ ਰੂਲ ਹੈ, ਇੱਥੇ ਰੂਲ ਫਾਲੋ ਕਰ ਰਹੇ ਹੋ, ਤੇ ਰੂਲ ਫਾਲੋ ਕੀਤੇ ਆਜ਼ਾਦੀ ਪੁੱਛਦੀ ਨਹੀਂ, ਬਲਕਿ ਜ਼ਿੰਦਗੀ ਸੁਖੀ ਹੁੰਦੀ ਹੈ। ਤੁਸੀਂ ਰਾਈਟ ਹੈਂਡ ਚੱਲਦੇ ਹੋ, ਇੱਕ ਮਰਿਆਦਾ ਹੈ ਨਾ। ਤੇ ਜੇ ਕਹੋ ਵੀ ਸਾਡੀ ਤੇ ਆਜ਼ਾਦੀ ਖੁਸ਼ ਕੀਤੀ, ਅਸੀਂ ਤੇ ਰਾਈਟ ਹੈਂਡ ਕਿਉਂ ਚਲਾਂਗੇ, ਅਸੀਂ ਸੈਂਟਰ 'ਚ ਚਲਾਂਗੇ। ਨਵੀਂ ਡੈਫੀਨੇਸ਼ਨ ਇਹੀ ਹੈ ਨਾ ਧਰਮ ਤੋਂ। ਅੱਜ ਨੌਜਵਾਨ ਪੀੜ੍ਹੀ ਮੁਨਕਰ ਹੋ ਰਹੀ ਵੀ ਅਸੀਂ ਨਹੀਂ ਜੀ ਬੰਧਨਾਂ ਦੇ ਵਿੱਚ ਬਹੁਤਾ ਰਹਿਣਾ, ਤੇ ਜੇ ਉਹ ਟ੍ਰੈਫਿਕ ਰੂਲਸ ਨੂੰ ਨਾ ਫਾਲੋ ਕਰਾਂਗੇ ਵੀ ਅਸੀਂ ਸੱਜੇ ਪਾਸੇ ਨਹੀਂ ਚੱਲਣਾ, ਅਸੀਂ ਤਾਂ ਸੈਂਟਰ 'ਚ ਚਲਾਂਗੇ, ਤੇ ਕੀ ਰਿਜ਼ਲਟ ਨਿਕਲੇਗਾ? ਨਾਲੇ ਆਪੇ ਮਾਰਾਂਗੇ, ਨਾਲੇ ਲੋਕਾਂ ਨੂੰ ਪਤਾ। ਇੱਥੇ ਥੋੜ੍ਹਾ ਪ੍ਰੋਬਲਮ ਆ ਗਈ ਵੀ ਸਾਡੀ ਅਗਲੀ ਜਨਰੇਸ਼ਨ ਜਿਹੜੀ ਹੈ ਨਾ, ਉਹ ਇਹ ਕਹਿ ਰਹੀ ਹੈ ਵੀ ਜੇ ਧਰਮ ਦਾ ਕੁੰਡਾ ਸਿਰ 'ਤੇ ਆਇਆ ਸਾਡੀ ਆਜ਼ਾਦੀ ਖੁਸ਼ ਹੈ। ਅਸੀਂ ਕਾਲਜਾਂ ਦੇ ਵਿੱਚ, ਅਸੀਂ ਇੰਸਟੀਟਿਊਸ਼ਨ ਦੇ ਵਿੱਚ ਵੱਖਰੇ ਕਿਸਮ ਦਾ ਲਾਈਫ ਸਟਾਈਲ ਹੈ, ਜ਼ਿੰਦਗੀ ਸੋਹਣੀ ਬਣੇਗੀ। ਜੇ ਸਾਡੇ ਕਰੈਕਟਰ ਉੱਤੇ ਜਾਪਦਾ ਹੈ, ਜ਼ਿੰਦਗੀ ਸਵਾਰੀ ਜਾਏਗੀ। ਜੇ ਸਾਡੀ ਜ਼ੁਬਾਨ ਉੱਤੇ ਜਾਪਦਾ ਹੈ, ਜ਼ਿੰਦਗੀ ਦੇ ਅੰਦਰ ਰਸ ਆ ਜਾਏਗਾ। ਇਹਨੂੰ ਗੁਰੂ ਸਾਹਿਬ ਨੇ ਕਿਹਾ ਸੀ, ਤਗ ਨਾ ਇੰਦਰੀ ਤਗ ਨਾ ਲਾੜੀ, ਭਲਕੇ ਗੁਰਬਾਣੀ ਦੀ ਫਿਲਾਸਫੀ ਨੂੰ ਸਮਝਣ ਦਾ ਯਤਨ ਕਰੀਏ। ਗੱਲ ਇਹ ਨਹੀਂ ਵੀ ਅਸੀਂ ਬਾਣੀ ਪੜ੍ਹ ਕੇ ਤੇ ਇਕੱਲਾ ਸਾਧੂ ਸੰਤ ਬਣਨਾ ਹੈ, ਚੰਗੀ ਗੱਲ ਜਿਹੜੇ ਬਣ ਜਾਂਦੇ ਆ, ਪਰ ਗੁਰਬਾਣੀ ਪੜ੍ਹ ਕੇ ਸਮਾਜਿਕ ਜੀਵਨ ਵੀ ਸਮਝਦਾ। ਹਰ ਚੀਜ਼ ਜਦੋਂ ਜਾਪਦੇ ਵਿੱਚ ਹੁੰਦੀ ਹੈ, ਸੰਜਮ 'ਚ ਹੁੰਦੀ ਹੈ, ਮਰਿਆਦਾ 'ਚ ਹੁੰਦੀ ਹੈ, ਹਰ ਚੀਜ਼ ਸੁਖਦਾਈ ਹੁੰਦੀ ਹੈ ਅਤੇ ਸੋਭਨੀ ਹੁੰਦੀ। ਰਾਤ ਕੋ ਵੇਲਾ ਹੋਇਆ, ਸ਼ਾਮਾਂ ਪਈਆਂ, ਤੁਸੀਂ ਕੰਮ ਤੋਂ ਫਰੀ ਹੋਏ, ਮੌਸਮ ਚੰਗਾ ਹੋਵੇ, ਬੱਚੇ ਨੂੰ ਉਂਗਲੀ ਲਾ ਕੇ ਤੁਸੀਂ ਕਹਿੰਦੇ ਚਲੋ ਪਾਰਕ ਵਿੱਚ ਲੈ ਕੇ ਚੱਲੀਏ, ਹੈ ਨਾ, ਫਰੀ ਹਾਂ, ਵੀਕਐਂਡ ਹੈ, ਮੌਸਮ ਬੜਾ ਵਧੀਆ ਹੈ, ਠੰਡ ਨਹੀਂ ਪੈ ਰਹੀ, ਤੁਸੀਂ ਕਹਿੰਦੇ ਬੱਚੇ ਨੂੰ ਚਲੋ ਪਾਰਕ ਘੁੰਮਾ ਕੇ। ਕਦੀ ਕਿਸੇ ਨੇ ਕਿਹਾ ਵੀ ਚਲੋ ਜੰਗਲ 'ਚ ਲੈ ਕੇ ਚੱਲੀਏ? ਸ਼ਾਮਾਂ ਪਈਆਂ, ਸੂਰਜ ਅਸਤ ਹੋ ਗਿਆ, ਭੋਜਨ ਪਾਣੀ ਛਕਿਆ, ਵਿਹਲੇ ਹੋਏ ਹਾਂ, ਫਰੀ ਹਾਂ, ਤੇ ਚਲੋ ਬੱਚਿਆਂ ਨੂੰ ਜੰਗਲ 'ਚ ਲੈ ਕੇ ਚੱਲੀਏ। ਹੁਣ ਜੇ ਵੇਖਿਆ ਜਾਏ ਤੇ ਜੰਗਲ ਵਿੱਚ ਵੀ ਰੁੱਖ ਨੇ, ਪਾਰਕ ਵਿੱਚ ਵੀ ਰੁੱਖ, ਜੰਗਲ ਵਿੱਚ ਵੀ ਗ੍ਰੀਨਰੀ ਹੈ, ਪਾਰਕ ਵਿੱਚ ਵੀ ਗ੍ਰੀਨਰੀ ਹੈ, ਫਰਕ ਕੀ ਹੈ? ਪਾਰਕ ਦੀ ਗ੍ਰੀਨਰੀ ਜਾਪਦੇ ਵਿੱਚ ਹੈ, ਸੰਜਮ ਵਿੱਚ ਹੈ, ਸਿਸਟਮ ਵਿੱਚ ਹੈ, ਤੇ ਪਾਰਕ ਸਾਰਿਆਂ ਨੂੰ ਸੋਹਣਾ ਲੱਗ ਰਿਹਾ। ਜੰਗਲ ਦੀ ਗ੍ਰੀਨਰੀ ਉਹ ਕਿਸੇ ਸਿਸਟਮ ਦੇ ਵਿੱਚ ਨਹੀਂ ਹੈ, ਜਿੱਥੇ ਜੀ ਕੀਤਾ ਰੁੱਖ ਉੱਗਿਆ ਹੋਇਆ, ਇਸ ਲਈ ਉਹ ਸੋਹਣੀ ਤੇ ਉਹ ਗ੍ਰੀਨਰੀ ਤੇ ਹੈਗੀ ਹੈ, ਰੁੱਖ ਤੇ ਉਹੀ ਹੋ ਸਕਦੇ ਆ, ਪਰ ਉਹ ਸਾਡੇ ਵਾਸਤੇ ਖਤਰਾ ਹੈ, ਅਸੀਂ ਬੱਚਿਆਂ ਨੂੰ ਨਹੀਂ ਲੈ ਕੇ ਜਾਵਾਂਗੇ। ਧਰਮ ਦੀ ਪਰਿਭਾਸ਼ਾ ਇਹਨਾਂ ਬੱਚਿਆਂ ਨੂੰ ਸਮਝਾਈਏ, ਸਾਧ ਸੰਗਤ ਬਹੁਤ ਜ਼ਰੂਰੀ ਹੈ। ਧਰਮ ਬੋਝ ਨਹੀਂ ਹੈ, ਧਰਮ ਵੇ ਆਫ ਲਾਈਫ ਹੈ। ਜੇ ਸੋਹਣਾ ਜੂਣਾ, ਸੁਚੱਜਾ ਜੂਣਾ, ਔਰ ਸੱਚੀ ਉੱਚੀ ਆਪਣੇ ਆਪ ਵਿੱਚ ਸਕੂਨ ਵਾਲਾ ਜੂਣਾ, ਚਲੋ ਕਿਸੇ ਦਾ ਛੱਡੋ, ਫਿਰ ਇੱਕ ਕਿਆਰਾ, ਇਹਨੂੰ ਕਹਿੰਦੇ ਆ ਕਿਆਰਾ ਬਣਾਉਣਾ। ਪਹਿਲਾਂ ਕਿਆਰਾ ਬਣਾਈਏ, ਖੇਤ ਬਣਾਈਏ, ਪਹਿਲਾਂ ਬੰਨ ਮਜ਼ਬੂਤ ਕਰੀਏ। ਜੇ ਸਾਡੇ ਬੰਨ ਨਹੀਂ ਹਨ, ਕੋਈ ਹੱਦਬੰਦੀ ਬਾਰਡਰ ਲਾਈਨ ਹੈ ਨਹੀਂ, ਤੇ ਸਮਝ ਲਓ ਅਸੀਂ ਕੱਖ ਵੀ ਨਹੀਂ ਬੀਜ ਸਕਦੇ। ਮਿਲਣ ਵਾਲਾ ਫਲ ਤੇ ਦੂਰ ਦੀ ਗੱਲ ਹੈ, ਕਿਤੇ ਉਹਦੀ ਗੱਲ ਹੀ ਭੁੱਲ ਜਾਓ। ਜਿਹੜੀ ਪੰਥ ਦੀ ਮਰਿਆਦਾ ਹੈ, ਜਿਹੜੀ ਗੁਰਮਤ ਦੀ ਮਰਿਆਦਾ ਹੈ, ਉਹ ਬੋਝ ਨਹੀਂ ਹੈ ਸਾਧ ਸੰਗਤ, ਉਹ ਕਿਸੇ ਦੀ ਆਜ਼ਾਦੀ ਨਹੀਂ ਖੋਂਦੀ, ਬਲਕਿ ਸਾਡੀ ਜ਼ਿੰਦਗੀ ਨੂੰ ਸੋਹਣਿਆ ਬਣਾਉਂਦੀ ਹੈ, ਸਾਡੇ ਸਮਾਜਿਕ ਜੀਵਨ ਨੂੰ ਸੁਚੱਜਾ ਬਣਾਉਂਦੀ ਹੈ। ਪਸ਼ੂਆਂ ਵਾਂਗੂ ਨਾ ਜੀਵੀਏ, ਇਨਸਾਨਾਂ ਵਾਂਗੂ ਜੀਵੀਏ। ਆਪ ਹੁਦਰਾ ਜੀਵਨ, ਉਹ ਪਸ਼ੂਆਂ ਵਰਗਾ ਜੀਵਨ ਹੈ। ਤੇ ਹਜ਼ੂਰ ਨੇ ਬੜਾ ਹੀ ਪਿਆਰਾ ਪ੍ਰਮਾਣ ਸਾਡੇ ਸਾਹਮਣੇ ਰੱਖਿਆ, ਕਹਿੰਦੇ ਮਨ ਹਾਥੀ ਹੈ,
गुरु महावत है, ज्ञान का सिर ते कुंडा है, जिवें बाहर हाथ दे हुंदा ना इदां जे ते कुंडा कुंडे के इशारे नाल हाथी चलता है तो किन्ना किन्ना काम हाथियों को लेंदे सी। आवाजाई का साधन भार की ढोआ ढोआई जे किसी चीज को धक्का भी लाना खिंचना भी है तो बड़ी पावर सी। जे कि हाथी के सिर पर कुंडा कंट्रोल तो बहरा हो फिर उजाड़ देगा, नगरी उजाड़ देगा, बस बस्ती उजाड़ देगा। नानक हस्ती कुंडे बहरा फिर उजड़ पाए। मन कुंचर पीलक गुरु ज्ञान कुंडा जह खिंचै तह जाए, नानक हस्ती कुंडे बहरा फिर उजड़ पाए। इसलिए इनू इहदे ते कंट्रोल, इहदे ते जापता, इहदे ते संजम, तक दियां अखां दे अगे धर्म की कंध आ जाएगी नहीं, ये सीमा है। बोलती जुबान दे अगे धर्म का पर्दा आ जाएगा नहीं, एक सीमा है। रिश्तियां की पवित्रता बनेगी, वेखो फिर जिंदगी कितनी सोहनी सोहनी लगती है। जदों ये कुंडा खत्म हो जाता है सानू नहीं पता लगता कि पिता का सत्कार की है, मां का सत्कार की है, पत्नी का रिश्ता की है, कुछ नहीं पता लगता। फिर असं सारिया हदा टप जाने, हद रही हो तो टपना की फिर। पहला क्यारा बनाइए, क्यारे को साफ करिए, बॉर्डर लाइन हो, हदबंदी हो, फिर वो अंदर रह के सफाई करिए, मन तो निर्मल करत क्यारो, फिर वो सिंचाई करनी। वाहिगुरु जी के अमृतमयी नाम की हर सिंचै सदा संजोर, यह रस मैं मगन होत कृपा ते महा विख्या ते तो। वेखो जे क्यारा नहीं है उहदे विच काख उग पैणगे, गंद उग पएगा, खेत जंगल बन जाएगा, फिर उहदे चों विख्या जिंदगी रूपी क्यारे चों विख्या निकल जाएगी, जहर निकल जाएगा, साफ सुथरा आ जाएगा। जिहड़ा शब्द मैं आप जी के समक्ष रखिया सौखियां समझण वास्ते, मन हारी खेती कहदी करदे, जिवें आपां कहिंदे ना वी इत्थे जी स्ट्रॉबेरी की खेती होंदी है जी, इत्थे ब्लूबेरी की खेती होंदी है, साडे गन्ने की होंदी है, झोने की होंदी है, जीरी की होंदी है, इत्थे खेती साडी की है इस जिंदगी रूपी खेत च? जिहड़ी मन ने बीजनी है वह है साडी जिंदगी का प्रैक्टिकल करनी। मन हारी किरसाणी कहदी, खेती कहदी करनी, जो भी कर्म कर रहे हैं आप कहते ना गन्ना बीजिया गन्ने की खेती, जीरी बीजी झोना लाया झोने की खेती, कणक बीजी कणक की खेती, इत्थे साडी जिंदगी का हर अमल साडी खेती है। सूणा बीजन वाला सूणा लै रहा, दाखा बीजन वाला दाखा खाएगा, मतलब कि चंगे कर्म करने वाला चंगे फल भोगेगा, माड़े कर्म करने वाला माड़े फल। फिर की करते हैं असं, दोष हाए बड़ा माड़ा किया, गुआढ़ी ने माड़ा कर दिता, साहब कह नहीं बीजा तुम दद्दा, दोष ना दो किसा, दोष खेती है ना तेरी, तो तू पुछ अपने मन में भी की बीजा से, किधर तेन फुरन लैके गया से। दोष करमा अपने जो मैं किया सो मैं पाया, दोष ना दीजै अवर होर कानू किसी ने दोष दो। नारायण निंद सकाहे भूली गवारी, हे रब नू निंदन वाली गवार जिंदे, हाय रब ने माड़ा किया। भगत साहिबान कहते भगत नाम दे, नारायण निंद सकाहे भूली गवारी, दुकिरत सुकिरत थारो करबरी, चंगा जा माड़ा तेरा अपना कर्म है। ये तू वे की बीजे किसानी करनी करनी, जो कर रहे हैं हर एक इंदिरा कर रहे हैं कर्म अपना अपना। सरम पानी तन खेत, उद्दम का पानी ला, काया रूपी खेत को प्रफुल्लित रख, नाम बीज संतोख सुहागा। एक गल ख्याल च रखी, नेकी का बीज बीजेगा ना वो सुहागा जरूर मार। सुहागे का की काम होंदा सी, बीज नूं ढक देना, जो खेतां च फसल बीज के सुहागा मारदे सी ते कादे लई हुंदा सी, मैं सुनिया बजुर्गां कोलों वी जे छामां पै गईआं ना ते कावां ने चिड़ियां ने बीज चुक जाणा ते छामां तों पहलां पहलां, जां फिर उह कहिंदे हुंदे सी दुपहर दी धुप लग गई ते वत्तर खुश्क हो जाणा ते पहलां पहलां उहनूं ढक दे।
ਸਵਾਗਾ ਫੇਰਿਆ, ਬੀਜ ਮਿੱਟੀ ਦੇ ਥੱਲੇ ਆਏ। ਗੁਰੂ ਸਾਹਿਬ ਜੀ ਨੇ ਬੜੀ ਕਮਾਂ, ਮੈਂ ਸਵੇਰੇ ਵੀ ਬੇਨਤੀ ਕਰ ਰਿਹਾ ਸੀ ਵੀ ਆਪਣੇ ਕਰਮ ਨੂੰ ਜਣਾਉਣਾ ਕਿ ਜਾਂ ਕਰਮ ਨੂੰ ਛੁਪਾਉਣਾ। ਸਵੇਰੇ ਬੇਨਤੀ ਕੀਤੀ ਸੀ ਜਿਹੜੀ ਸੰਗਤ ਅੰਮ੍ਰਿਤ ਵੇਲੇ ਆਉਂਦੀ ਉਹਨਾਂ ਨੂੰ ਪਤਾ। ਗੁਰੂ ਸਾਹਿਬ ਜੀ ਕਹਿੰਦੇ ਵੀ ਜੇ ਨੇਕੀ ਦਾ ਕਰਮ ਕਰੇਗਾ ਤੇ ਉਹਨੂੰ ਸਬਰ ਸੰਤੋਖ ਦਾ ਸੁਹਾਗਾ ਫੇਰ ਕਿਤੇ ਧੱਕਦੀ ਦੁਖਾਂਦਾ ਦਿਖਾਉਂਦਾ ਨਾ ਫਿਰ ਵੀ ਮੈਂ ਜੀ ਮੈਂ ਕੀਤਾ, ਮੇਰੇ ਕਰਕੇ ਬਣਿਆ ਗੁਰਦੁਆਰਾ, ਮੇਰੇ ਕਰਕੇ ਸੰਗਤ ਜੁੜੀ ਹੈ, ਮੇਰੇ ਕਰਕੇ ਪ੍ਰਬੰਧ ਚੱਲਦਾ। ਨਾ ਨਾ ਮਤਰਾ, ਤੂੰ ਬੀਜ ਨੰਗਾ ਛੱਡੀ ਜਾ ਰਿਹਾ, ਇਹਨੂੰ ਕੱਖ ਨਹੀਂ ਜੇ ਲੱਗਣਾ, ਇਹਨੂੰ ਆਪਣੇ ਕਰਮ ਨੂੰ ਕੱਜਣ ਦਾ ਯਤਨ ਕਰ, ਦਿਖਾ ਨਾ ਇਹਨੂੰ ਮਿਟਾਉਣ ਦਾ ਯਤਨ ਕਰ। ਬੜਾ ਔਖਾ ਸਾਸ ਨੇ, ਇਹਨਾਂ ਦੇ 35 ਰੁਪਈਆਂ ਦੀ ਘੜੀ ਚਾੜ ਕੇ ਉਹਦੇ 'ਤੇ ਵੀ ਨਾਂ ਲਿਖਾਉਂਦੇ ਹਨ। ਰੁਪਈਏ 5-10 ਦੇ ਕੇ ਤੇ ਭਾਈ ਸਾਹਿਬ ਨੂੰ ਲਿਸਟ ਐਡੀ ਲੰਬੀ ਫੜਾਈ ਹੁੰਦੀ, ਪਤਾ ਨਹੀਂ ਤੁਹਾਡੇ ਹੈ ਕਿ ਨਹੀਂ ਇੱਥੇ, ਮੈਂ ਬਾਹਰ ਬੜਾ ਥਾਂਦੇ ਵੀ ਨਾਂ ਜ਼ਰੂਰ ਲੈ ਦਿਓ ਜੀ ਮੇਰਾ, ਮੈਂ ਭਲਾਈ ਸੀ ਕਥਾ ਵਾਸਤੇ। ਉੱਥੇ ਕਥਾ ਤੋਂ ਬਾਅਦ ਨਾ ਭਾਈ ਸਾਹਿਬ ਨਾਲ ਲੜ ਪਏ ਹੁੰਦੇ ਸੰਗਤ 'ਚੋਂ, ਮੈਂ ਪੁੱਛਿਆ ਵੀ ਕੀ ਹੋਇਆ, ਉਹ ਕਹਿੰਦੇ ਜੀ ਇਸ ਸਰਦਾਰ ਜੀ ਨੇ ਨਾ ਪੱਕਾ ਹੀ ਰੁਪਈਆ 4-5 ਹਜ਼ਾਰ ਕਿਤੇ ਪੁਰਾਣਾ ਦਿੱਤਾ ਹੋਇਆ ਅਤੇ ਹਰ ਰੋਜ਼ ਅਰਦਾਸ ਵਿੱਚ ਨਾਂ ਲਿਆ ਅਤੇ ਨਾਂ ਨਹੀਂ ਲਿਆ ਇਹਨਾਂ ਨੇ ਮੇਰਾ। ਭਾਈ ਸਾਹਿਬ ਕਹਿੰਦੇ ਮੈਂ ਲਿਆ ਨਾਂ, ਮੈਂ ਲਿਆ ਸਰਦਾਰ ਮਹਿੰਦਰ ਸਿੰਘ ਨਾਂ ਅਤੇ ਮੈਂ ਲਿਆ ਨਾਂ। ਉਹ ਕਹਿੰਦੇ ਮਹਿੰਦਰ ਸਿੰਘ ਲਿਆ ਨਾ, ਮਹਿੰਦਰ ਸਿੰਘ ਗੁਲਾਟੀ ਕਹਿਣਾ ਸੀ ਨਾਲ, ਉਹ ਨਹੀਂ ਕਿਹਾ ਮਹਿੰਦਰ ਸਿੰਘ ਦੇ, ਹੋਰ ਵੀ ਕਿੰਨੇ ਹੋਣਗੇ ਜਿਹੜੇ ਮਕਸਦ ਲਈ ਕਰਮ ਕੀਤਾ, ਦੱਸਤਾ ਲੋਕਾਂ ਨੂੰ ਕਿ ਆਹੀ ਮਕਸਦ ਨਾ ਵੀ ਲੋਕਾਂ ਨੂੰ ਪਤਾ ਲੱਗੇ ਤੇ ਲੱਗ ਗਿਆ ਬਸ। ਨਾ ਭਾਈ ਸੁਹਾਗਾ ਫੇਰ, ਤੇ ਸੁਹਾਗਾ ਵੀ ਕਾਹਦਾ, ਸਬਰ ਦਾ ਸੰਤੋਖ ਦਾ। ਵੇਖਿਆ ਜਿਮੀਦਾਰ 6 ਮਹੀਨੇ ਸਬਰ ਕਰਕੇ ਬੈਠਦਾ ਤੇ ਫਿਰ ਘਰ ਬੋਲ ਆਉਂਦੇ ਨੇ, ਭਰੀਆਂ ਟਰਾਲੀਆਂ ਹੁੰਦੀਆਂ ਨੇ ਘਰ, ਬਰਕਤਾਂ ਪੈਂਦੀਆਂ। ਤੇ ਜੇ ਰੋਜ਼ ਜਾ ਕੇ ਆਲੂ ਬੀਜ ਕੇ ਪੁੱਟ ਕੇ ਵੇਖਣ ਲੱਗ ਪਏ ਵੀ ਜੜ੍ਹਾਂ ਨੂੰ ਲੱਗੇਗੇ ਕਿ ਨਹੀਂ ਲੱਗੇ, ਬੇਸਬਰਾ ਹੋ ਜੇ ਫਲ ਲੱਗ ਜੂ ਫਿਰ ਭਲਾ। ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਨੀਵਾਂ ਹੋ ਕੇ ਰਹਿ ਮਨ ਨੀਵਾਂ ਰੱਖ। ਭਾਉ ਕਰਮ ਕਰ ਜਮ ਸੀ, ਭਾਉ ਪ੍ਰੇਮ ਦਾ ਪਾਣੀ ਲਾਈ ਜਾਈ ਤੇ ਬੜੇ ਭਾਗਾਂ ਵਾਲੇ ਘਰ ਟਰਾਲੀਆਂ ਭਰ ਭਰ ਆਉਂਦਾ ਫਿਰ ਮਾਲ ਮੁੰਡੇ ਕਰਾਂ ਫਿਰ ਘਰ ਭਾਗ। ਹੁਣ ਸਾਧ ਸੰਗਤ ਪਹਿਲਾਂ ਤਿਆਰੀ ਕਰਨੀ, ਤੁਸੀਂ ਬੜੇ ਗੁਰਮੁਖ ਪਿਆਰੇ ਹੋ, ਇੱਥੇ ਇਹ ਟ੍ਰੇਨਿੰਗ ਸੈਂਟਰ, ਮੈਂ ਫਿਰ ਬੇਨਤੀ ਕਰ ਰਿਹਾ ਗੁਰਦੁਆਰਾ ਟ੍ਰੇਨਿੰਗ ਸੈਂਟਰ ਹੈ ਅਤੇ ਕਮਾਈ ਬਾਹਰ ਜਾ ਕੇ ਹੋਣੀ ਜਦੋਂ ਤੁਸੀਂ ਪ੍ਰੈਕਟੀਕਲੀ ਵਿਚਰਦੇ ਆਪਣੇ ਘਰ 'ਚ ਆਪਣੇ ਸਮਾਜ 'ਚ ਆਪਣੇ ਪਰਿਵਾਰ 'ਚ ਲੋਕਾਂ ਵਿੱਚ। ਹੁਣ ਇਸ ਯੂਨੀਵਰਸਿਟੀ 'ਚੋਂ ਅਸੀਂ ਸਿੱਖ ਲਿਆ ਵੀ ਇੱਦਾਂ ਖੇਤੀ ਕਰਨੀ ਹੈ, ਜੇ ਮਿਲਾਪ ਦਾ ਫਲ ਚਾਹੁੰਦਾ। ਖੇਤ ਤਿਆਰ ਕੀਤਾ, ਬੀਜ ਪਿਆ, ਬੜੀਆਂ ਪਵਿੱਤਰ ਰੂਹਾਂ ਸਨ ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਦੀ ਕੀਰਤੀ ਦਾ ਬੀਜ ਪਿਆ ਅਤੇ ਮਿਲਾਪ ਦਾ ਫਲ ਲੱਗ ਗਿਆ। ਆਹ ਜਿਹੜਾ ਤੁਸੀਂ ਸੁਣ ਰਹੇ ਹੋ ਨਾ ਗੁਰਮੁਖ ਚੌਂਕੜੇ ਲਾ ਲਾ ਕੇ, ਵਾਸਤਵ ਵਿੱਚ ਇਹ ਬੀਜ ਹੈ, ਬੀਜ ਜਿਹੜੇ ਖੇਤ ਤਿਆਰ ਨੇ ਉੱਥੇ ਛੇਤੀ ਉੱਗ ਪੈਂਦਾ, ਜਿਹੜੇ ਅਜੇ ਰੱਪੜ ਪਏ ਆ ਚਟਾਨੀ ਧਰਤੀ ਨਰਮ ਤਾਂ ਕਰਨੀ ਪੈਂਦੀ ਹੈ ਨਾ। ਮੈਂ ਭਗਤ ਸਾਹਿਬ ਉਹਨਾਂ ਦੇ ਬਚਨ ਪੜ੍ਹਦਾ, ਉਹਦੇ ਅਰਥ ਭਾਵੇਂ ਵਿਦਵਾਨਾਂ ਨੇ ਹੋਰ ਤਰ੍ਹਾਂ ਕੀਤੇ ਆ ਪਰ ਮੈਨੂੰ ਇਹਦੇ ਨਾਲ ਸੰਬੰਧਿਤ ਲੱਗਦੇ ਆਪਣੇ ਵਿਸ਼ੇ ਨੇ, ਜਦੋਂ ਕਹਿੰਦੇ ਨਾ ਅਨਾਜ ਮੰਗੋ ਸੱਤ ਸਿੰਘ ਕਾ, ਵੀ ਹੇ ਮਾਲਕਾ ਸੱਤ ਸਿੰਘਾਂ ਲੱਗੀਆਂ ਹੋਣ ਉਸ ਧਰਤੀ 'ਚ ਫਸਲ ਪੈਦਾ ਹੋਵੇ। ਹੁਣ ਸੀਂ ਲੱਗਣੀ ਮਤਲਬ ਫਿਰ ਵਾਹੁਣਾ ਫਿਰ ਸੁਹਾਗਾ, ਫਿਰ ਵਾਹੁਣਾ ਫਿਰ ਸੁਹਾਗਾ, ਉਹ ਕਾਹਦੇ ਲਈ ਵਾਹੁੰਦੇ ਸੀ ਵੀ ਧਰਤੀ ਖੋਦਣੀ ਹੋਵੇ। ਗੱਲ ਇੱਥੇ ਅੰਤਸ਼ ਕਰਨ ਦੀ ਚੱਲ ਰਹੀ ਹੈ ਤੇ ਸੱਤ ਸਿੰਘਾਂ ਦਾ ਮਤਲਬ ਹੈ ਵੀ ਇਹ ਹਿਰਦਾ ਵੀ ਕਿਤੇ ਨਰਮ ਹੋ ਜੇ, ਜੇ ਇਹ ਪੱਥਰ ਵਰਗਾ ਹੀ ਹੋਇਆ ਇੱਥੇ ਕੁਝ ਨਹੀਂ ਚੁੱਕਣਾ। ਕਦੀ ਮਿਲਾਪ ਦੇ ਫਲ ਦੀ ਆਸ ਨਾ ਰੱਖੀ ਵੀ ਉਹ ਰਸ ਚੱਕ ਲਵਾਂਗੇ ਮਿਲਾਪ ਵਾਲਾ। ਇਹ ਚਟਾਨ ਵਰਗੀ ਨਾ ਹੋਵੇ, ਇਹਨੂੰ ਨਰਮ ਕਰ ਕੋਮਲ ਕਰ। ਅਸਲ ਵਿੱਚ ਧਰਮ ਦਾ ਬੀਜ ਹੀ ਉੱਥੇ ਪੈਦਾ ਹੁੰਦਾ ਜਿਹਦਾ ਹਿਰਦਾ ਨਰਮ ਹੋਵੇ, ਜਿਹਦੇ ਅੰਦਰ ਕਰੁਣਾ ਹੋਵੇ। ਦੂਜਿਆਂ ਦੀ ਪੀੜਾ ਨੂੰ ਵੇਖ ਕੇ ਜਦੋਂ ਮੇਰਾ ਗੁਰੂ ਦਰਬਦਾ ਹੈ, ਇਤੀ ਮਾਰ ਪਈ ਕੁਰਲਾਣੀ ਤੈ ਕੀ ਦਰਦ ਨਾ ਆਇਆ। ਜਦੋਂ ਗੁਰੂ ਦਰਬਦਾ ਹੈ ਨਾ ਸਾਧ, ਇਹ ਅਸਲ 'ਚ ਸਾਨੂੰ ਸਿਖਾਇਆ ਵੀ ਕਿਸੇ ਦੀ ਪੀੜਾ ਨੂੰ ਫੀਲ ਕਰਨਾ। ਹੁਣ ਬਾਬਾ ਫੀਲ ਕਰ ਰਿਹਾ ਵੀ ਹਾਏ ਐਮਨਾ ਬਾਬ ਵਾਲਿਆਂ ਦਾ ਇਹ ਹਸ਼ਰ ਕਿਉਂ ਹੋਇਆ। ਇਹਨੂੰ ਕਹਿੰਦੇ ਆ ਇਸ ਖੇਤ ਦਾ ਨਰਮ ਹੋਣਾ, ਕੋਮਲ ਹੋਣਾ, ਪੱਥਰ ਨਾ ਮਾਰਨਾ, ਅੰਦਰ ਕਰੁਣਾ ਹੋਏਗੀ
फिर धर्म का बूटा पैदा होना है। साथ संगत सरवणा का सुनिया होया फिर बीज बनता है। साहेब धन गुरु अंगद साहब महाराज जी के दर्शन किए बाबा अमरदास जी भतीजे को क्यों वास्ते आए रिश्तेदार वाग आए। चलो जी मेल मिलाप होया मुंडा ब्याया गुरु अंगद साहब जी की धी बीबी अमरो जी ने ब्याह के अपने घर लै गए। हुण इत्थे वजी चोट यह हिरदा होया कोमल ते जिदन कोमल हिरदे अंदर बोल पिया ना गुरु का बीबी अमरो बाणी पढ़ रही तुसीं सागी सुनी होई बस इन्हें समझ रहे थोड़ा इत्थे वज्जिया चोब वज्जी इत्थे जिदन वो पंडित ने कहा उस साधु ने कहा भी नगुरे की संगत करके मेरी जिंदगी बगरक हो गई तू नगुरा ही है जड़ा अंदर से ना ये करना ना भर गया फबक उठिया अंदर हिरदा जड़ा से बहुत ही कोमल होया उदन कंधों पारले पासियों बाणी का शब्द सुनिया वह शब्द जड़ा से ना बीज बन के इस खेत में पै गया ते मिलाप के फल तक पहुंच शुरुआत होनी है ये तुहाडे अपने कर्म तो ते गुरु तुट के तुहानू संगत देवे तुसी बाणी सुनन लग पो ते जदों बाणी सुनन लग पे ना फिर सुने हुए का पौधा बनना है उस पौधे में बूर पैना आसा का बूर आसा का बूर इना ये स्टैप वाइज आत्मक तरक्की है भी असं सुन रहे हैं तो अगला स्टैप की आएगा भी जिदे बारे सुने कितने उन्होंने वेखी है जो कह रही थी ना नैनी नींद ना आ जी मिल मेरे प्रीत हूँ किमें तलब जाके की यदि शुरुआत की है भला सुन सुन नाम तुम्हारा प्रीतम सुन सुन नाम तुम्हारा प्रीतम सुन नाम तुम्हारा प्रीतम सुन सुन नाम तुम्हारा प्रीतम प्रभ पेखण का चाओ प्रभ पेखण का चाओ सुन सुन नाम तुम्हारा प्रीतम सुन सुन नाम तुम्हारा प्रीतम सुन नाम तुम्हारा प्रीतम सुन सुन नाम तुम्हारा प्रीतम सुन दिया बीज बन गया बीज खेत तैयार होया मन प्रेजेंट है हाली हाजिर है ते उन्हें जो खेत तैयार होया उहदे दायरे च आ गए अंदर एक संजम जापता धर्म वाला मर्यादा वाला ते गुरु साहब जी ने ना इत्थे बिठा दिता ते तुसी चौंकड़े ला के सुन लग पे ते इत्थे जिहड़ा पौधा अंकुर उहदे फुट्टे उह सी आसा इन्हें वेखा बूर लगना एक ना मुहावरा है आसा का बूर लगना उदा जिवें पौधे नूं लगना वह बूर इस गल का सूचक है भी हुण मौका आएगा फल लगेगा मिठास का रस चखांगे किदां दा हुंदा पहला खेत तैयार कर ये जिहड़ा सुनना है बीज है। गाथा है बड़ी प्यारी इतिहास में भाई साहब भाई वीर सिंह जी हरा कलगीधर चमत्कार के अंदर एक कविता में जिक्र किया तुहाडे चो शायद गुरसिखां ने पढ़िया होगा कलगीधर चमत्कार पढ़िया आप जी सारे किन्ने क सिख ने जिन्हें पढ़े किसी ने पढ़िया जी कलगीधर चमत्कार नहीं पढ़िया गुरु नानक चमत्कार राणा सूरत सिंह बीबी सुंदरी सतवंत कौर पढ़िया जी वाहेगुरु जी गुरु तुहानू रिजक देवे रज के मैं अरदास करदा पर पंजाह पंजाह हज़ार के लख लख दे मैं वेखदा टैलीविजन सोफे सब कुछ दवे महाराज ते जे ये कुछ साडे घर ना आया भी संगत है अधूरे ने साडे घर सखने इत्थे तुहाडे लाइब्रेरी बड़ी सोहनी है। मैं अज प्रोफेसर साहिब सिंह जी का जीवन लैके गया सी ते मैनू पढ़ पढ़ के अखां चों हंजू वग रहे सी
ਹਿੰਦੂ ਪਰਿਵਾਰ ਵਿੱਚ ਜਨਮ ਹੋਇਆ, ਨੱਥੂ ਰਾਮ ਉਹਨਾਂ ਦਾ ਨਾਂ ਸੀ। ਤੇ ਉਹਨਾਂ ਨੂੰ ਚਿਣਗ ਪਤਾ ਕਿੱਥੋਂ ਲੱਗੀ? ਮਾਂ ਪਾਥੀਆਂ ਪਾਥਰੀ ਸੀ, ਗੋਆ ਪਾਥਰੀ ਸੀ, ਸੜਕ ਦੇ ਕਿਨਾਰੇ, ਤੇ ਨੱਥੂ ਰਾਮ ਕੋਲ ਖੜਾ ਸੀ ਮਾਂ। ਫੌਜੀ ਯੂਨਿਟ ਲੰਘੀ ਫੌਜੀਆਂ ਦੀ, ਅੰਗਰੇਜ਼ਾਂ ਦਾ ਰਾਜ ਸੀ ਨਾ, ਤੇ ਸੋਹਣੀਆਂ ਦਾੜੀਆਂ ਉਹਨਾਂ ਨੇ ਚਾਟ ਬੰਨੀਆਂ ਹੋਈਆਂ, ਤੇ ਪੱਗਾਂ ਦਾ ਇੱਕ ਬਕਾਇਦਾ ਟ੍ਰੇਨਿੰਗ ਹੁੰਦੀ ਸੀ, ਰੂਪ ਹੁੰਦਾ ਸੀ। ਤੇ ਸਾਡੀ ਇਹ ਜਿਹੜੀ ਪਰਸਨੈਲਿਟੀ ਵੀ ਹੈ ਨਾ, ਜਿਹੜੀਆਂ ਸੋਹਣੀਆਂ ਦਸਤਾਰਾਂ, ਮੈਂ ਵੀ ਨੌਜਵਾਨਾਂ ਨੂੰ ਬੇਨਤੀ ਕਰਦਾ, ਇਹ ਵੀ ਪ੍ਰਚਾਰ ਹੈ ਇੱਕ। ਤੇ ਨੱਥੂ ਰਾਮ ਨੇ ਜਦੋਂ ਇਹ ਸੋਹਣੇ ਸਜੇ ਹੋਏ ਸਰਦਾਰ, ਫਿਟਨੈਸ ਸਰੀਰਾਂ ਦੀ, ਖੂਬਸੂਰਤ ਚਿਹਰੇ, ਸੋਹਣੀਆਂ ਦਸਤਾਰਾਂ, ਤੇ ਮਾਂ ਨੂੰ ਉਸੇ ਵੇਲੇ ਕਿਹਾ ਵੀ ਮਾਂ ਜ਼ਿੰਦਗੀ 'ਚ ਇੱਦਾਂ ਦਾ ਸਿੰਘ ਬਣਨਾ। ਤੁਹਾਡੇ ਕੋਲ ਮੈਂ ਇਸ ਲਈ ਬੇਨਤੀ ਕਰ ਰਿਹਾ ਵੀ ਇੱਥੇ ਲੁੱਟੇ, ਤੁਸੀਂ ਉਹ ਪੜ੍ਹੋਗੇ ਨਾ, ਤੁਹਾਡੇ ਅੰਦਰ ਜਜ਼ਬਾ ਪੈਦਾ ਹੋਏਗਾ। ਸਾਹਿਤ ਪੜ੍ਹਿਆ ਕਰੋ, ਅਧੂਰਾ ਬੰਦਾ ਜਿਹਦੇ ਘਰ ਕਿਤੇ ਗੁਰਮਤਿ ਦਾ ਸਾਹਿਤ ਹੀ ਨਹੀਂ ਹੈਗਾ, ਉਹ ਘਰ ਹੀ ਅਧੂਰੇ ਸਮਝ। ਰੁਚੀ ਪੈਦਾ ਕਰੋ ਬੱਚਿਆਂ ਨੂੰ, ਕਿਤੇ ਕੁਛ ਨਾ ਕੁਛ ਪੜ੍ਹ ਕੇ ਆਪ ਸੁਣਾਇਆ ਕਰੋ, ਬੇਨਤੀ ਮੇਰੀ ਕੋਲ। ਕਰਕੇ ਤਾਂ ਚਮਤਕਾਰ ਦੇ ਅੰਦਰ ਇੱਕ ਕਵਿਤਾ 'ਚ ਜ਼ਿਕਰ ਕੀਤਾ ਹੈ, ਬਹੁਤ ਸਾਰੀਆਂ ਗੱਲਾਂ ਭਾਈ ਵੀਰ ਸਿੰਘ ਜੀ ਨੇ ਜਿਹਨਾਂ ਦੇ ਇਸ਼ਾਰੇ ਮਾਤਰ ਜ਼ਿਕਰ ਕੀਤੇ ਆ, ਬਾਕੀ ਇਤਿਹਾਸ ਵਿੱਚੋਂ ਲੱਭਣੀਆਂ ਔਖੀਆਂ। ਲਾਹੌਰ ਦੇ ਵਾਸੀ ਇੱਕ ਵੈਦ ਦਾ ਜ਼ਿਕਰ ਕਰਦੇ ਆ ਭਾਈ ਸੰਤੋਖ ਸਿੰਘ, ਭਾਈ ਵੀਰ ਸਿੰਘ ਜੀ। ਇਸ ਵੈਦ ਦਾ ਨਾਮ ਹੈ ਸੁਜਾਨ। ਬੜਾ ਹੀ ਹੁਨਰ ਸੀ ਇਹਦੇ ਹੱਥਾਂ 'ਚ, ਬੜੀ ਸ਼ਫਾ ਸੀ, ਬੜਾ ਨਾਂ ਸੀ ਇਸ ਬੰਦੇ ਦਾ, ਤੇ ਲੋਕ ਇੰਨੇ ਆਉਂਦੇ, ਵੇਅਰ ਨਾ ਮਿਲਦੀ ਤੁਹਾਨੂੰ। ਹੁਣ ਪਤਾ ਸਭ ਤੋਂ ਵਧੀਆ ਕਿੱਤਾ ਹੈ, ਪੈਸੇ ਵੀ ਇਹਦੇ 'ਚ, ਡਾਕਟਰ ਨਾਲ ਕਦੀ ਕੋਈ ਬਾਰਗੇਨਿੰਗ ਕਰਦਾ, ਜਿੰਨੇ ਮੰਗੇ ਦਿੰਦੇ, ਪੈਸੇ ਪੂਸੇ ਬੜੇ ਕਮਾਏ ਇਹਨੇ। ਕਦੀ ਕਦੀ ਨਾ ਜਦੋਂ ਕਿਤੇ ਫਰੀ ਹੋਣਾ ਤੇ ਵਾਰ ਵਾਰ ਕਿਤੇ ਘੁੰਮਣ ਫਿਰਨ ਵਾਸਤੇ ਨਿਕਲਣਾ ਦੂਰ ਸੜਕ ਤੱਕ, ਇਹਨੂੰ ਕਾਫਲੇ ਕਈ ਮਿਲਣੇ, ਬੜੀ ਹੁਲਾਸ ਵਿੱਚ, ਬੜੇ ਆਨੰਦ ਵਿੱਚ ਕਾਫਲੇ ਲੰਘ ਰਹੇ ਲਾਹੌਰ ਦੇ ਵਾਰ ਵਾਰ ਮੁੱਖ ਸੜਕ ਤੋਂ। ਪਰ ਉਹ ਜਿਹੜੇ ਲੋਕ ਜਾਂਦੇ ਸੀ ਉਹ ਪ੍ਰਭਾਵਿਤ ਕਰਦੇ ਵੈਰ ਸੁਜਾਨ ਨੂੰ, ਆਖਰ ਉਹ ਜੀਨੀਅਸ ਬੰਦਾ ਸੀ, ਪੜ੍ਹਿਆ ਲਿਖਿਆ ਸੀ, ਤੇ ਉਹ ਇਹਨਾਂ ਲੋਕਾਂ ਦੇ ਜਦੋਂ ਚਿਹਰਿਆਂ ਵੱਲ ਤੱਕਦਾ ਇੱਕ ਵੱਖਰਾ ਜਿਹਾ ਚਾਅ ਅੰਦਰ, ਜਜ਼ਬਾ, ਇੱਕ ਜਿਹੜੀ ਜ਼ਿੰਦਗੀ ਦੀ ਰੌਣ ਹੁੰਦੀ ਹੈ ਨਾ, ਉਹ ਅੱਖਾਂ 'ਚ ਝਲਕਦੀ ਹੈ ਸਾਸ ਨੇ। ਜਿਹੜੇ ਬੰਦੇ ਜਿੰਦੇ ਜੀ ਲਾਸ਼ਾਂ ਹੋ ਜਾਂਦੇ ਆ, ਉਹਨਾਂ ਦੇ ਤੜਕੇ ਹੋਏ ਚਿਹਰੇ ਦੱਸਦੇ ਆ, ਜਦੋਂ ਅੰਦਰੋਂ ਜ਼ਮੀਰ ਮਰ ਗਈ ਹੋਏ ਨਾ, ਉਹ ਚਿਹਰੇ ਦੱਸਦੇ ਆ ਵੀ ਇਹ ਜ਼ਮੀਰ ਮਰ ਚੁੱਕੀ ਹੈ, ਅੱਖਾਂ ਦੀ ਚਮਕ ਦੱਸਦੀ ਹੈ ਕਿਤੇ ਜ਼ਿੰਦਗੀ ਦੀ ਰੌਂ ਕੰਮ ਕਰ ਰਹੀ ਹੈ। ਵੈਦ ਸੀ, ਉਹ ਵੇਖਿਆ ਕਰੇ, ਬੜੀ ਤਰੋ ਤਾਜ਼ਗੀ ਹੈ, ਜ਼ਿੰਦਗੀ ਹੈ ਇਹਨਾਂ ਲੋਕਾਂ ਦੇ ਕੋਲ, ਕਦਮਾਂ ਦੀ ਰਵਾਨਗੀ, ਅੰਦਰ ਦਾ ਜਜ਼ਬਾ, ਉਹਨਾਂ ਦੇ ਚਿਹਰਿਆਂ ਦਾ ਨੂਰ, ਅੱਖਾਂ ਦਾ ਤੇਜਸਵੀ ਜਿਹਾ ਜਲਾਲ, ਤੇ ਰਸਨਾ ਤੋਂ ਕੁਝ ਪੜ੍ਹਦੇ ਆ, ਬੜੇ ਹੁਲਾਸ ਵਿੱਚ, ਬੜੇ ਆਨੰਦ 'ਚ, ਕਦੇ ਟੁੱਟੇ ਹੋਏ, ਥੱਕੇ ਹੋਏ, ਬੋਝਲ ਜਿਹੇ ਜੀਵਨ ਨਹੀਂ, ਬੜੀ ਚਾਅ 'ਚ। ਬੜੀ ਵਾਰੀ ਜੀ ਕੀਤਾ ਵੈਦ ਸੁਜਾਨ ਜੀ ਦਾ ਵੀ ਮੈਂ ਇਹਨਾਂ ਨੂੰ ਪੁੱਛਾਂ ਵੀ ਤੁਸੀਂ ਬੜੇ ਆਨੰਦ 'ਚ ਰਹਿੰਦੇ ਹੋ, ਕੌਣ ਹੋ ਤੁਸੀਂ, ਕਿੱਥੇ ਜਾਂਦੇ? ਕਦੀ ਕਦੀ ਲੰਘਦੇ ਕਾਫਲੇ, ਜਦੋਂ ਬਾਹਰ ਆਉਂਦਾ ਤੇ ਲੋਕ ਮਿਲਦੇ। ਇੱਕ ਦਿਨ ਇੱਦਾਂ ਹੀ ਜਾ ਰਹੇ ਸੀ, ਚਾਲੀਆਂ ਪੰਜਾਹਾਂ ਸੌ ਦਾ ਝੁੰਡ, ਤੇ ਇਹਨੇ ਪੁੱਛਿਆ ਕਿ ਭਾਈ ਕੌਣ ਹੋ ਤੁਸੀਂ, ਕਿੱਥੇ ਜਾਂਦੇ ਹੋ? ਆ ਬੜੇ ਆਨੰਦ 'ਚ ਤੁਸੀਂ, ਵੱਖਰੀ ਜੀ ਗੱਲ ਹੈ ਤੁਹਾਡੇ 'ਚ ਬਾਕੀਆਂ ਨਾਲੋਂ, ਕੀ ਗਾਉਂਦੇ ਜਾਂਦੇ ਹੋ ਤੁਸੀਂ? ਮੈਨੂੰ ਬਹੁਤਾ ਪਤਾ ਨਹੀਂ ਲੱਗਦਾ। ਇਹ ਰੱਬ ਦੇ ਪਿਆਰੇ ਕਹਿਣ ਲੱਗੇ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਬਾਣੀ ਗਾਉਂਦੇ ਜਾਂਦੇ ਹਾਂ, ਅਸੀਂ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਜਾ ਰਹੇ ਹਾਂ, ਅਤੇ ਇਹ ਆਨੰਦ ਸਤਿਗੁਰੂ ਬਖਸ਼ਦਾ ਅਨੰਦਪੁਰ ਸਾਹਿਬ ਦਾ। ਗੁਰਸਿੱਖ ਨਾ ਗੱਲਾਂ ਕਰਦੇ ਆਉਂਦੇ ਸੀ, ਨਾ ਗੱਲਾਂ ਕਰਦੇ ਜਾਂਦੇ ਸੀ, ਨਾ ਗੁਰਦੁਆਰੇ ਆ ਕੇ ਚੁਗਲੀਆਂ ਕਰੀ ਜਾਂਦੇ ਸੀ, ਉਹ ਬਾਣੀ ਪੜ੍ਹਦੇ ਸੀ। ਸਤਸੰਗਤ ਮਾਫ ਕਰਿਓ, ਸਾਡਾ ਤਰੀਕਾ ਹੀ ਬਦਲ ਗਿਆ, ਰਵੱਈਆ ਹੀ ਬਦਲ ਗਿਆ ਸਾਡਾ, ਦੇ ਉਹਨਾਂ ਦੀ ਰਸਨਾ ਦੇ ਸਦਾ ਹੀ ਗੁਰੂ ਦੇ ਸ਼ਬਦ ਗੂੰਜਦੇ ਸੀ। ਆਇਓ ਸ਼ਰਨ ਤੁਹਾਰੀ ਸਤਿਗੁਰ, ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ ਸਤਿਗੁਰ, ਆਇਓ ਸ਼ਰਨ ਤੁਹਾਰੀ, ਸ਼ਰਨ ਤੁਹਾਰੀ ਸਤਿਗੁਰ, ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ ਸਤਿਗੁਰ, ਆਇਓ ਸ਼ਰਨ ਤੁਹਾਰੀ।
ਮਿਲੈ ਸੁਖ ਨਾਮ ਹਰ ਸੋਭਾ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ, ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ, ਚਿੰਤਾ ਲਾਹੇ ਹਮਾਰੀ। ਬੜੇ ਆਨੰਦ ਚ ਤੂੰ ਸਿੱਖਾਂ ਨੇ ਕਿਹਾ ਵੀ ਅਸੀਂ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਲਈ ਜਾਂਦੇ ਹਾਂ ਤੇ ਉਹ ਸਤਿਗੁਰੂ ਜੀ ਦਿੰਦੇ ਸਾਨੂੰ ਆਨੰਦਪੁਰ ਸਾਹਿਬ ਵਾਲੇ ਸਤਿਗੁਰੂ ਆਨੰਦ ਬਖਸ਼। ਵੈਦ ਜੀ ਕਹਿਣ ਲੱਗੇ ਵੀ ਜੇ ਮੈਂ ਚੱਲਾਂ ਤੇ ਇਹ ਆਨੰਦ ਮੈਨੂੰ ਵੀ ਮਿਲ ਜਾਏਗਾ। ਹੁਣ ਮਹਿਸੂਸ ਹੁੰਦਾ ਨਾ ਵੀ ਪੈਸਾ ਬੜਾ ਕਮਾਇਆ ਪਰ ਜੋ ਸਰੂਰ, ਜੋ ਰਸ, ਜੋ ਇੱਕ ਵਿਕਾਸ ਇਹਨਾਂ ਦੇ ਅੰਦਰ ਚੱਲ ਰਿਹਾ ਉਹ ਮੇਰੇ ਹੈ ਨਹੀਂ। ਵੇਖੋ ਮੈਂ ਫਿਰ ਅਰਜ ਕਰਦਾ, ਰਿਜਕ ਸਾਡੀ ਜ਼ਿੰਦਗੀ ਦੀ ਲੋੜ ਹੈ, ਵਾਹਿਗੁਰੂ ਸਾਰਿਆਂ ਨੂੰ ਬਖਸ਼ਿਸ਼ ਕਰੇ। ਪਰ ਜੇ ਚਾਹੁੰਦੇ ਹਾਂ ਵੀ ਇਹ ਜ਼ਮੀਰ ਵੀ ਜਿਉਂਦੀ ਰਹੇ ਤੇ ਫਿਰ ਇਸ ਭੋਜਨ ਚੋਂ ਵੀ ਕੁਝ ਛਕਣਾ ਪਏਗਾ, ਥਾਲ ਵਿੱਚ ਤਿੰਨ ਵਸਤੂ ਹੋਈ ਹੋਈ। ਸਿੱਖ ਕਹਿਣ ਲੱਗੇ ਵੀ ਤੁਸੀਂ ਚਲੋ ਉਹਦੇ ਦਰ ਤੇ ਜੋ ਸ਼ਰਨ ਆਉਂਦਾ ਉਹਨੂੰ ਕੰਠ ਨਾਲ ਲਾਉਣਾ ਹੀ ਪੈਂਦਾ। ਇੰਨੀ ਅੰਦਰ ਜਗਿਆਸਾ ਜਿਹੜੀ ਜਾਗੀ ਨਾ ਜਿਵੇਂ ਤੁਸੀਂ ਪੜ੍ਹ ਰਹੇ ਸੀ ਗੁਰੂ ਕੇ ਕੀਰਤਨ, ਮਿਲ ਮੇਰੇ ਪ੍ਰੀਤਮਾ ਜੀ ਹੁਣ ਤੁਝ ਬਿਨ ਖਰੀ ਨਵਾਣੀ, ਇੰਨੀ ਤਲਬ ਜਾਗੀ ਕਹਿੰਦੇ ਚਲੋ ਮੈਂ ਨਾਲ ਚੱਲਦਾ। ਜਿਉਂ ਜਿਉਂ ਤੁਰ ਪਏ ਹੁਣ ਅੰਦਰ ਪ੍ਰਪੇਅਰ ਹੋ ਗਿਆ, ਪ੍ਰਪੇਅਰ ਹੋ ਕੇ ਦਰਸ਼ਨ ਕਰਨੇ ਤੇ ਸਧਾਰਨ ਦਰਸ਼ਨਾਂ 'ਚ ਬੜਾ ਅੰਤਰ ਹੈ ਸਾਧ ਸਿੰਘ। ਅੰਦਰੋਂ ਬੰਦਾ ਤਿਆਰ ਹੀ ਨਾ ਹੋਵੇ ਉਹਨੂੰ ਵਸਤ ਦੀ ਨਹੀਂ ਕਦਰ ਹੁੰਦੀ। ਜਿਹੜਾ ਬੰਦਾ ਤੜਪ ਰਿਹਾ ਉਹਨੂੰ ਪਤਾ ਮੈਂ ਪਾਉਣੀ ਆ, ਉਹਨੂੰ ਵਸਤ ਦੀ ਕਦਰ ਹੁੰਦੀ ਹੈ। ਵੈਦ ਜੀ ਤੁਰ ਪਏ, ਹੁਣ ਰਾਵੀ ਲੰਘੀ, ਬਿਆਸ ਲੰਘਿਆ, ਸਤਿਗੁਰੂ ਪਾਰ ਕੀਤਾ, ਸਫ਼ਰ ਸੀ ਪੈਂਡਾ ਪੜਾ ਕਰਨੇ ਤੇ ਸਿੱਖ ਰੋਜ਼ ਬਾਣੀ ਪੜ੍ਹਨ, ਰੋਜ਼ ਗਾਥਾ ਸੁਣਾਉਣ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਦੇਖਣ ਕਾ, ਬੀਜ ਪੈ ਗਿਆ ਨਾ ਬੀਜ ਤੇ ਪ੍ਰੇਮ ਦਾ ਪਾਣੀ ਪੈਂਦਾ ਗਿਆ, ਬੂਟਾ ਹਰਾ ਹੋ ਗਿਆ, ਬੂਰ ਪੈ ਗਿਆ ਆਸਾਂ ਦਾ ਬੂਰ। ਕਿਸ ਤਰ੍ਹਾਂ ਦਾ ਹੋਏਗਾ ਆਨੰਦਪੁਰ ਸਾਹਿਬ, ਕਿੱਦਾਂ ਗੁਰੂ ਸਾਹਿਬ ਰਹਿਮਤਾਂ, ਅਜੇ ਦਰਸ਼ਨ ਪਹੁੰਚੇ ਨਹੀਂ ਹੈ ਤੇ ਖਿਆਲਾਂ ਦੀ ਉਡਾਰੀ ਜਿਹੜੀ ਹੈ ਨਾ, ਜਿਹੜੀ ਅੰਦਰ ਭੁੱਖ ਹੁੰਦੀ ਹੈ ਤੇ ਉਹ ਉੱਥੇ ਲੈ ਦੇਣ, ਹੋਰ ਕੁਝ ਸੁਰਤ 'ਚ ਹੀ ਨਹੀਂ ਆਉਂਦਾ। ਪੰਜਾਬੀ ਦੀ ਕਹਾਵਤ ਹੈ ਇੱਕ ਵੀ ਢਿੱਡੋਂ ਭੁੱਖਾ ਬੱਚਾ ਸੀ, ਘਰ ਵਿੱਚ ਖਾਣ ਲਈ ਭੋਜਨ ਨਹੀਂ ਤੇ ਰਾਤ ਸੁੱਤੀ ਪਈ ਮਾਂ ਵੇਖਦੀ ਹੈ ਮੰਜੇ ਤੇ ਲੇਟੀ ਵੀ ਪੁੱਤ ਨੂੰ ਨੀਂਦ ਨਹੀਂ ਆ ਰਹੀ ਭੁੱਖ ਨਾਲ ਤੇ ਗੱਲੀ ਲਾਉਣ ਵਾਸਤੇ ਕਹਿੰਦੀ ਵੇਖ ਪੁੱਤ ਚੰਦ ਕਿੰਨਾ ਸੋਹਣਾ ਹੈ ਕਿੰਨਾ ਗੋਲ ਹੈ, ਕਹਿੰਦੇ ਹਾਂ ਮਾਂ ਰੋਟੀ ਵਰਗਾ ਲੱਗਦਾ। ਉੱਥੇ ਜਾਂਦਾ ਨਾ ਧਿਆਨ ਮੁੜ ਮੁੜ ਉੱਥੇ ਜਾਂਦਾ ਜਿਹੜੀ ਜਗਿਆਸਾ ਹੋਵੇ। ਅਸੀਂ ਕਹਿੰਦੇ ਹਾਂ ਜੀ ਚੇਤਾ ਭੁੱਲ ਜਾਂਦਾ ਵਾਹਿਗੁਰੂ ਵਾਹਿਗੁਰੂ ਕਹਿਣ ਲੱਗੇ, ਕਿਵੇਂ ਚੇਤਾ ਭੁੱਲੇਗਾ ਸਾਧ ਸੰਗਤ? ਇਹਦਾ ਮਤਲਬ ਧਿਆਨ ਉੱਥੇ ਨਹੀਂ ਜਾ ਰਿਹਾ, ਅੰਦਰ ਭੁੱਖ ਨਹੀਂ ਲੱਗੀ। ਕਲਪਨਾ ਕਰਦਾ ਜਾਂਦਾ ਸਾਹਮਣੇ ਆਨੰਦਪੁਰ ਸਾਹਿਬ ਦਿਸਿਆ, ਚਾਹ ਚੜ੍ਹਿਆ ਬੜੀ ਖੁਸ਼ੀ ਉਲਾਸ ਨਾਲ, ਹਜ਼ੂਰ ਇੱਦਾਂ ਬਿਰਾਜਮਾਨ ਸੀ। ਨਮਸਕਾਰ ਕਰਨ ਵਾਸਤੇ ਸੰਗਤ ਵੀ ਆਪੋ ਆਪਣੀ ਬੇਨਤੀਆਂ ਪਿਆਰ ਸਤਿਗੁਰ ਜੀ ਨਾਲ ਗੱਲਾਂ ਕੀਤੀਆਂ। ਵੈਦ ਸੁਜਾਨ ਜੀ ਵੀ ਸੰਗਤ ਦੇ ਨਾਲ ਕਤਾਰ 'ਚ ਖੜ੍ਹੇ ਸੀ, ਸਾਹਿਬਾਂ ਨੂੰ ਨਮਸਕਾਰ ਕੀਤੀ ਨਾ ਤੇ ਗੁਰੂ ਦੀਦਾਰ ਕਰਕੇ ਅੰਦਰ ਜਿਵੇਂ ਠੰਡ ਪੈ ਗਈ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਗੋ ਦੇਖਾਂ ਸਾਹਮਣੇ ਸੀ। ਇਹ ਹੈ ਦਰਸ਼ਨਾਂ ਦੀ ਪ੍ਰਭਾਸ਼ਾ। ਬਹੁਤ ਆਨੰਦ ਵਰਤਿਆ, ਚਰਨਾਂ ਤੇ ਸੀਸ ਰੱਖਿਆ ਤੇ ਭਾਈ ਸਾਹਿਬ ਜੀ ਨੇ ਨਾ ਇੱਕ ਬਚਨ ਲਿਖਿਆ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਾਤਮੇ ਨਾ ਮਤ ਹੈ। ਬੜੇ ਆਨੰਦ ਮਹਿਸੂਸ ਹੋਇਆ, ਕਿੰਨਾ ਸਮਾਂ ਗੁਜ਼ਰ ਗਿਆ ਤੇ ਹਜ਼ੂਰ ਅੰਦਰ ਜਾਮੀ ਪਾਤਸ਼ਾਹ ਤਨ ਕਲਗੀ ਤਰਪਤਾ ਉਹ ਜਾਣਦੇ ਆ ਸਾਧ ਸੰਗਤ, ਸਾਡੇ ਅੰਦਰ ਦੀ ਬਿਰਥਾ ਨੂੰ ਜਾਣਦੇ ਆ। ਬਿਨ ਬੋਲਿਆ ਸਾਹਿਬਾਂ ਨੇ ਨਾ ਮੋਢੇ ਤੇ ਹੱਥ ਰੱਖ ਕੇ ਤੇ ਉਠਾ ਕੇ ਕਿਹਾ, ਵੈਦ ਸੁਜਾਨ
ਕੀ ਲੋਚਾ ਹੈ, ਕੀ ਚਾਹੁੰਦਾ, ਜੈਸੀ ਭੂਖ ਤੈਸੀ ਕਾਪੂਰਕ, ਕਿਤੇ ਨਾ ਭਟਕੀ ਸੱਸ। ਸਾਡੀਆਂ ਭੁੱਖਾਂ ਮਿਟਾਉਣ ਵਾਲਾ ਸਤਿਗੁਰੂ ਹੈ, ਜੁੜੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ। ਵੈਦ ਜੀ ਕਹਿਣ ਲੱਗੇ, ਮਹਾਰਾਜ ਮੈਂ ਆਨੰਦ ਵਿੱਚ ਡੁੱਬਣਾ ਚਾਹੁੰਦਾ, ਮੈਂ ਆਨੰਦ ਵਿੱਚ ਲੀਨ ਹੋਣਾ ਚਾਹੁੰਦਾ, ਮੈਂ ਆਨੰਦ ਵਿੱਚ ਵਸਣਾ ਚਾਹੁੰਦਾ। ਕੁਝ ਗੰਭੀਰਤਾ ਤੋਂ ਬਾਅਦ ਹਜ਼ੂਰ ਕਹਿਣ ਲੱਗੇ, ਵੈਦ ਜੀ ਜਿੰਨੀ ਭਾਵਨਾ ਨਿਰਮਲ ਹੈ ਨਾ, ਜੇ ਇੰਨੀ ਕਮਾਈ ਹੁੰਦੀ ਤੇ ਤੁਹਾਨੂੰ ਚੱਲ ਕੇ ਆਉਣ ਦੀ ਲੋੜ ਨਹੀਂ ਸੀ, ਅਸੀਂ ਚੱਲ ਕੇ ਤੁਹਾਡੇ ਕੋਲ ਕਿਆ ਕਰੀਏ। ਹੁਣ ਜਿਹਦੇ ਅੰਦਰ ਭੁੱਖ ਜਾਗੀ ਹੋਈ ਸੀ, ਉਹਨਾਂ ਕਿਹਾ ਵੀ ਮਹਾਰਾਜ ਕਮਾਈ ਵੀ ਤੁਸੀਂ ਕਰਾਓ। ਹੁਣ ਜੇ ਤੁਸੀਂ ਲੈ ਆਉਂਦਾ, ਤੁਸੀਂ ਕੰਨਾਂ 'ਚ ਬੀਜ ਪਾਇਆ, ਹੋਰ ਤੁਹਾਡੇ ਪਏ, ਬਾਣੀ ਪਈ, ਤਲਬ ਜਾਗੀ, ਤੇ ਕਮਾਈ ਹੁਣ ਤੁਸੀਂ ਕਰਾਓ। ਸਿੱਖੀ ਦੀ ਕਮਾਈ ਤੇ ਤਿੰਨੋਂ ਗੱਲਾਂ 'ਤੇ ਲੱਗੀ ਹੋਈ ਹੈ ਭਾਈ, ਕਿਰਤ ਕਰਕੇ ਛਕਣਾ, ਲੋੜਵੰਦ ਦੀ ਮਦਦ ਕਰਨੀ ਹੈ, ਵਾਹਿਗੁਰੂ ਵਿਸਰੇ ਨਾ। ਹੁਣ ਵਿਸਰਨ ਵਾਲੀ ਤੇ ਗੱਲ ਖਤਮ ਹੋ ਗਈ। ਗੁਰੂ ਸਾਹਿਬ ਜੀ ਕਹਿਣ ਲੱਗੇ, ਕਮਾਈ ਕਰ, ਇੱਕ ਸ਼ਰਤ ਰੱਖੀ, ਤੁਸੀਂ ਆਇਓ ਨਾ, ਜਿੱਦਣ ਫਲ ਲੱਗਣ ਦਾ ਵੇਲਾ ਹੋਏਗਾ ਨਾ, ਅਸੀਂ ਆਪੇ ਆਵਾਂਗੇ। ਵੈਦ ਜੀ ਤੁਰੇ ਆਉਂਦੇ ਆ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿਤੇ ਨਾ ਰਾਤ ਪਈ, ਤੁਰੇ ਹੁੰਦੇ ਆ, ਬਸ ਇੱਕ ਮਕਸਦ ਬਣ ਗਿਆ, ਗੁਰੂ ਦਾ ਹੁਕਮ ਕੌਣ ਹੈ, ਬਸ ਇੱਕੋ ਹੀ ਮਕਸਦ। ਰਾਤ ਪਈ, ਪਿੰਡ ਵਿੱਚ ਰੁਕਣ ਲਈ ਰੁਕ ਗਏ ਰਾਤ ਕੱਟਣ, ਅਤੇ ਪਿੰਡ ਵਾਲਿਆਂ ਨੇ ਪੁੱਛਿਆ, ਭਾਈ ਕੌਣ ਹੈ, ਕਿੱਥੇ ਜਾਂਦੇ? ਕਹਿੰਦਾ ਜੀ ਗੁਰੂ ਦਾ ਸਿੱਖ ਹਾਂ, ਅਤੇ ਗੁਰੂ ਦਾ ਹੁਕਮ ਕਮਾਉਣ ਵਾਸਤੇ ਚੱਲਿਆ। ਉਹ ਨਗਰ ਸਾਰੇ ਗੁਰੂ ਦੇ ਪ੍ਰੇਮ ਵਾਲਾ ਸੀ, ਜਦੋਂ ਉਹਨਾਂ ਨੇ ਨਾਂ ਸੁਣਿਆ ਨਾ ਗੁਰੂ ਦਾ ਸਿੱਖ ਹੈ, ਤਾਂ ਚਾਹ ਚੜ੍ਹ ਗਿਆ, ਕਹਿੰਦੇ ਸਾਡੇ ਕੋਲ ਰੁਕੋ, ਤੁਸੀਂ ਹੁਕਮ ਹੀ ਕਮਾਉਣਾ, ਇੱਥੇ ਰਹਿਣਾ ਸ਼ੁਰੂ ਕਰ ਦਿਓ ਨਾ। ਬੇਨਤੀ ਕੀਤੀ, ਗੁਰੂ ਦੇ ਪਿਆਰ ਵਾਲਾ ਸਿੱਖ ਇੱਦਾਂ ਚਾਹ ਚੜ੍ਹਦਾ ਸੀ ਸਿੱਖਾਂ ਨੂੰ ਸਿੱਖ ਵੇਖ ਕੇ, ਥੋੜ੍ਹਾ ਜਿਹਾ ਵੇਖੀਏ ਅੱਜ ਸਾਧ ਸੰਗਤ ਥਰਮਾਮੀਟਰ ਲਾ ਕੇ ਵੀ ਕਿੱਦਾਂ ਦੀ ਗੱਲ ਬਣ ਗਈ ਅੱਜ ਕੁਛ। ਉਹ ਚਾਹ ਜਿਹੜਾ ਵੀ ਸਿੱਖ ਵਿੱਚੋਂ ਗੁਰੂ ਦੇ ਦੀਦਾਰ ਹੋ ਜਾਣੇ, ਉਹ ਫੀਲਿੰਗ ਖਤਮ ਹੁੰਦੀ ਜਾ ਰਹੀ। ਕੀ ਹੋਇਆ ਸਾਨੂੰ? ਕਿਉਂਕਿ ਅਸੀਂ ਗੁਰੂ ਦੇ ਸਿੱਖ ਘੱਟ ਅਤੇ ਧੜਿਆਂ ਦੇ ਜ਼ਿਆਦਾ ਬਣ ਗਏ। ਪਿੰਡ ਵਾਲਿਆਂ ਨੇ ਨਗਰ ਤੋਂ ਲਹਿੰਦੇ ਪਾਸੇ ਨਾ ਕੱਖਾਂ ਦੀ ਛੱਪੜ ਜੀ ਬਣਾ ਦਿੱਤੀ, ਜੜੀਆਂ ਬੂਟੀਆਂ ਦੀ ਜਾਣਕਾਰੀ ਸੀ, ਦਵਾਈ ਦਾਰੂ ਕਰਨ ਲੱਗ ਪਏ, ਉਹੀ ਕਿਰਤ ਬਣ ਗਈ। ਲੋੜਵੰਦ ਆਉਣੇ, ਸਾਹਿਬ ਨੇ ਕਿਹਾ ਸੀ ਲੋੜਵੰਦ ਦੀ ਮਦਦ ਕਰਨੀ, ਮੁੜਨਾ ਨਹੀਂ ਚਾਹੀਦਾ, ਕੋਈ ਨਿਰਧਾਨ ਆਉਣਾ ਤਾਂ ਵੀ ਪਰ ਉਪਕਾਰ ਕਰਨਾ, ਉਹਦੇ ਤੋਂ ਰੋਜ਼ੀ ਰੋਟੀ ਚੱਲਣ ਲੱਗ ਪਿਆ, ਉਹੀ ਸੇਵਾ ਬਣ ਗਈ। ਕਿੱਦਾਂ ਹੀ ਸੇਵਾ ਬਣ ਸਕਦਾ ਜੇ ਬਿਰਤੀ ਚੰਗੀ ਹੋ? ਅਤੇ ਅੰਦਰ ਯਾਦ ਉਹ ਭੁੱਲੇ ਕਿਸੇ ਵੇਲੇ, ਮੈਂ ਨੈਣੀ ਨੀਂਦ ਨਾ ਆਵੈ ਜੀ, ਭਾਵੈ ਆਨਣਾ ਪਾਣੀ, ਮਿਲ ਮੇਰੇ ਪ੍ਰੀਤਮਾ ਜੀ। ਐਸੀ ਅਵਸਥਾ ਜੋ ਤੁਸੀਂ ਸ਼ਬਦ ਸੁਣ ਰਹੇ ਸੀ ਸਾਸ, ਦਿਨ ਰਾਤ ਇੱਕੋ ਹੀ ਲਗਨ। ਇਤਿਹਾਸਕਾਰ ਭਾਈ ਸਾਹਿਬ ਜੀ ਨੇ ਲਿਖਿਆ, ਕਹਿੰਦੇ ਵੀ ਸਮਾਂ ਬੜਾ ਗੁਜ਼ਰ ਗਿਆ, ਸੰਤੋਖ ਦਾ ਸੁਹਾਗਾ ਫੇਰ ਦਿੱਤਾ ਇਹਨਾਂ ਨੇ ਸਬਰ। ਦੋ ਚਾਰ ਛੇ ਸੱਤ ਵਰੇ ਲੰਘ ਗਏ, ਸੱਤ ਵਰੇ, ਅਤੇ ਦਿਨ ਰਾਤ ਜਿਹੜਾ ਇਸੇ ਧੁਨ 'ਚ ਜੂਰਿਆ ਹੋਵੇ ਵੀ ਨੈਣੀ ਨੀਂਦ ਨਾ ਆਵੇ ਜੀ, ਇੱਕ ਘੜੀ ਨਾ ਮਿਲਤੇ ਤਾਂ ਕੱਲ੍ਹ ਹੀ ਹੋਤਾ। ਦਿਨ ਰਾਤ ਜਿਹੜਾ ਹੂਕ ਅੰਦਰੋਂ ਉੱਠਣੀ ਹੋਵੇ, ਕਬ ਗੜ ਲਾਵੇਂਗੇ ਪ੍ਰਭ ਮੋਏ, ਕਬ ਗੜ ਲਾਵੇਂਗੇ, ਕਬ ਗੜ ਲਾਵੇਂਗੇ ਪ੍ਰਭ ਮੋਏ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਏ, ਕਬ ਗੜ ਲਾਵੇਂਗੇ, ਕਦੀ ਨਹੀਂ ਕੀਤਾ। ਇਹ ਨਹੀਂ ਕਿਹਾ ਮੈਂ ਇੰਨੇ ਪਾਠ ਕਰ ਲਏ, ਮੈਂ ਇੰਨੀ ਸੇਵਾ ਕਰ ਲਈ ਤੇ ਤੁਸੀਂ ਲੱਭਦੇ ਹੀ ਨਹੀਂ, ਕੋਈ ਸ਼ਿਕਵਾ ਨਹੀਂ। ਇਹੀ ਕਹਿੰਦੇ ਵੀ ਮੈਂ ਅਜੇ ਅਧੂਰਾ ਹਾਂ, ਮੇਰੇ ਵਿੱਚ ਅਜੇ ਕਮੀ ਹੈ, ਅਜੇ ਵਕਤ ਨਹੀਂ ਆਇਆ। ਸੱਤ ਵਰੇ ਗੁਜ਼ਰ ਗਏ ਤੇ ਇੱਕ ਦਿਨ ਤੁਰੇ ਆਉਣ, ਪਿੰਡ ਵਾਲੇ ਬੜੀ ਚਾਹ ਵਿੱਚ ਜਲ ਛਿੜਕ ਰਹੇ, ਝਾੜੂ ਦੇ ਰਹੇ, ਸਾਰਾ ਪਿੰਡ ਮਾਂ 'ਚ ਇਕੱਠਾ ਹੋਇਆ, ਤੇ ਵੈਦ ਜੀ ਨੇ ਪੁੱਛਿਆ ਇਹਨਾਂ ਨੂੰ,
ਬੜਾ ਚਾਅ ਆ ਕੀ ਅੱਜ? ਕਹਿੰਦੇ ਜੀ ਗੁਰੂ ਸਾਹਿਬ ਨੇ ਲੰਘਣਾ ਇਸ ਰਸਤੇ ਤੋਂ, ਕਿਤੇ ਮਹਾਰਾਜ ਨੇ ਜਾਣਾ ਕਿ ਤੇ ਅਸੀਂ ਸਾਰੇ ਤਿਆਰੀ ਕਰ ਰਹੇ ਹਾਂ। ਇੱਦਾਂ ਕਰਦੇ ਸੀ ਗੁਰਸਿੱਖ, ਗਾਹ ਤੋਂ ਦੀ ਗੁਜ਼ਰਨਾ ਤੇ ਸਿੱਖ ਤਿਆਰੀ ਕਰਦੇ ਸੀ ਵੀ ਅਸੀਂ ਸਾਰਾ ਪਿੰਡ ਬਾਹਰ ਹੱਥ ਜੋੜ ਕੇ ਖੜੇ ਹੋਈਏ, ਮਹਾਰਾਜ ਨੇ ਰਾਹ ਤੋਂ ਦੀ ਲੰਘਣਾ। ਤੇ ਅੱਜ ਗੁਰਮੁਖੋ ਘਰ ਦੇ ਪੰਜ ਜੀ ਨਹੀਂ ਲੱਭਦੇ ਹਨ, ਕਿਉਂਕਿ ਫਾਰਮੈਲਿਟੀ ਹੋ ਗਈ ਨਾ, ਚਾਹ ਅੰਦਰ। ਪ੍ਰਭ ਪੇਖਣ ਕਾ ਚਾਓ, ਸੁਣ ਸੁਣ ਚਾਓ, ਬੜੀ ਕੀਮਤੀ ਚੀਜ਼ ਆ ਗੁਰਮੁਖੋ। ਜਿਹਦੇ ਅੰਦਰ ਚਾਹ ਨਹੀਂ ਉਹਦੀ ਮਜ਼ਬੂਰੀ ਨੂੰ ਵੱਧਾ ਰੁੱਧਾ ਭਰਿਆ, ਇੱਕ ਚਾਹ 'ਚ ਕੰਮ ਕਰਨਾ, ਇੱਕ ਮਜ਼ਬੂਰੀ ਨੂੰ ਕਰਨਾ, ਵੱਧਾ ਚੱਟੀ ਜੋ ਭਰਿਆ ਨਾ ਗੁਣ, ਉਹਦਾ ਕੀ ਫਾਇਦਾ? ਵੈਦ ਜੀ ਨੂੰ ਚਾਹ ਚੜ ਗਿਆ, ਆਖਿਆ ਮਨਾ ਅਜੇ ਅਧੂਰਾ ਸੀ, ਮੇਰੇ 'ਚ ਕਮੀ ਸੀ, ਗੁਰੂ ਨਹੀਂ ਸੀ ਟੁੱਟ ਰਿਹਾ, ਅੱਜ ਦੂਰੋਂ ਹੀ ਝਲਕ ਮਿਲ ਜਾਏਗੀ, ਨੈਣੀ ਨੀਂਦ ਨਾ ਆਵੇ ਕਿ ਉਹ ਭਾਵੇ ਆਨੇ ਨਾ ਪਾਣੀ, ਅੱਜ ਦੂਰੋਂ ਦਰਸ਼ਨਾਂ ਦੀ ਇੱਕ ਝਲਕ ਮਿਲ ਜਾਏਗੀ। ਮਨੋ ਮੂਈ ਚਾਹ ਅੰਦਰ ਤੇ ਪਿੰਡ ਭੱਜ ਪਿਆ, ਨਗਾਰੇ ਵੱਜਦੇ ਸੁਣੇ, ਜਕਾਰੇ ਗੂੰਜਦੇ ਸੁਣੇ, ਕਹਿੰਦੇ ਮਹਾਰਾਜ ਆ ਗਏ, ਕਲਗੀਧਰ ਪਾਤਸ਼ਾਹ ਆ ਗਏ, ਸਾਰਾ ਪਿੰਡ ਭੱਜਿਆ ਉੱਧਰ ਨੂੰ। ਵੈਦ ਜੀ ਵੀ ਪਿੱਛੇ ਪਿੱਛੇ, ਅੱਜ ਦੀਦਾਰ ਦੀ ਇੱਕ ਝਲਕ, ਇੱਕ ਝਲਕ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿੰਨ ਪੀਣਾ ਧੀਰੀ ਜੈ, ਐਸੀ ਤੜਪ ਐਸੀ ਪਿਆਸ। ਜਿਹੜਾ ਬਚਨ ਪੜ੍ਹ ਰਹੇ ਸੀ ਭਾਈ, ਵੇਖੋ ਅਜੇ ਥੋੜੇ ਜਿਹੇ ਕਦਮ ਤੁਰੇ ਤੇ ਆਵਾਜ਼ਾਂ ਪਿੱਛੋਂ ਕੰਨਾਂ 'ਚ ਪਈਆਂ ਵੀ ਵੈਦ ਜੀ ਰੁਕ ਜਾਓ, ਵੈਦ ਜੀ ਰੁਕ ਜਾਓ, ਵੈਦ ਜੀ ਰੁਕ ਜਾਓ। ਉਹਨੇ ਵੇਖਿਆ ਕੀ ਹੋਇਆ, ਇੱਕ ਬਜ਼ੁਰਗ ਜੀ ਮਾਂ ਆਵਾਜ਼ਾਂ ਮਾਰੀ ਆਇਆ, ਪੁੱਛਿਆ ਕੀ ਹੋਇਆ? ਕਹਿੰਦੇ ਜੀ ਮੇਰੀ ਧੀ ਬੜੀ ਬਿਮਾਰ ਹੈ, ਤੁਸੀਂ ਨਾ ਗਏ ਉਹਨੇ ਪ੍ਰਾਣ ਤੇ ਉਹਦੀ ਜਾਨ ਬਚਾਓ। ਉਹ ਇੱਕ ਪਾਸੇ ਗੁਰੂ ਦੇ ਦੀਦਾਰ, ਸੱਤਾਂ ਸਾਲਾਂ ਦੇ ਵਿਰਾਗ ਨੂੰ ਫਲ ਲੱਗਣ ਦਾ ਵੇਲਾ, ਤੇ ਇੱਕ ਪਾਸੇ ਗੁਰੂ ਦਾ ਬਚਨ ਵੀ ਲੋੜਵੰਦ ਨਾ ਹੋੜੇ। ਵੇਖੋ ਇਮਤਿਹਾਨ ਕੈਸਾ ਹੁੰਦਾ, ਇੱਦਾਂ ਇਮਤਿਹਾਨ ਹੁੰਦੇ ਸਿੱਖ ਦੇ ਪੈਰ ਪੈਰ ਤੇ। ਗੁਰੂ ਕੇ ਸਿੱਖ ਨੇ ਕਿਹਾ ਮੈਂ ਗੁਰੂ ਦਾ ਬਚਨ ਕਮਾਵਾਂਗਾ, ਭਾਵੇਂ ਦਰਸ਼ਨਾਂ ਦੀ ਭੁੱਖ ਅਧਿਆਤਮਕ ਭੁੱਖ ਸੀ, ਰੂਹਾਨੀ ਭੁੱਖ ਸੀ, ਆਖਿਆ ਮੇਰੇ ਨਿੱਜੀ ਹੈ, ਮੈਂ ਕੁਰਬਾਨ ਕਰ ਦਿਆਂਗਾ, ਲੋੜਵੰਦ ਨਹੀਂ ਮੁੜਨਾ ਚਾਹੀਦਾ, ਗੁਰੂ ਦਾ ਬਚਨ ਕਮਾਉਣਾ, ਵਾਪਸ ਆ ਗਿਆ। ਦਵਾਈ ਦਾਰੂ ਕੀਤਾ, ਚਲੋ ਬੱਚੀ ਵੱਲ ਹੋ ਗਈ। ਫਿਰ ਗਿਆ ਭੱਜ ਕੇ ਪੁੱਛਿਆ ਪਿੰਡ ਵਾਲਿਆਂ ਨੂੰ, ਕਹਿੰਦੇ ਮਹਾਰਾਜ ਤੇ ਲੰਘ ਗਏ ਇੱਥੋਂ, ਪਿੰਡ ਦੇ ਚੜ੍ਹਦੇ ਪਾਸੇ ਸਭ ਇਕੱਠੇ ਹੋਏ ਸੀ, ਕਹਿੰਦੇ ਲੰਘ ਗਏ ਗਾਹ ਜਾਣਾ ਸੀ, ਕੀ ਬੀਤੀ ਹੋਏਗੀ? ਇਹ ਤੇ ਉਹੀ ਜਾਣੇ ਨਾ ਜਿਹੜਾ ਵਿਰਾਗ ਚ ਜੀਵਿਆ। ਵਾਪਸ ਆ ਗਏ ਤੇ ਜਿਹੜੀ ਕੱਖਾਂ ਦੀ ਛੱਪੜ ਦੇ ਵਿੱਚ ਬੈਠ ਕੇ ਨਾ ਪਾਟੀਆਂ ਫਟੀਆਂ ਬੋਰੀਆਂ ਦੀਆਂ ਤੱਪੜ ਸੀਤਾ ਹੋਇਆ ਸੀ, ਉਹਦੇ ਤੇ ਬਹਿ ਕੇ ਲੋਕਾਂ ਨੂੰ ਦਵਾਈ ਦਿੰਦੇ ਸੀ। ਉੱਧਰ ਨੂੰ ਤੁਰੇ ਗਿਆ, ਚਲੋ ਮੈਂ ਪਰਉਪਕਾਰ ਥੋੜ੍ਹੀ ਛੱਡਣਾ ਹੁੰਦਾ, ਅਜੇ ਨਹੀਂ ਮੈਂ ਯੋਗ ਹੋਵਾਂਗਾ, ਮੇਰੀ ਕਮਾਈ ਨਹੀਂ ਯੋਗ, ਮੈਂ ਨਹੀਂ ਦਰਸ਼ਨਾਂ ਦੀ ਝਲਕ ਪਾ ਸਕਦਾ। ਕੁੱਲੀ ਦੇ ਨੇੜੇ ਆਏ ਤੇ ਲੋਕਾਂ ਦੀ ਭੀੜ ਇਕੱਠੀ ਹੋਈ, ਵੈਦ ਸਜਾਨ ਸੋਚਦੇ ਆ ਵੀ ਕੋਈ ਮਰੀਜ਼ ਆ ਗਿਆ ਹੋਏਗਾ, ਚਲੋ ਮੈਂ ਵੇਖ। ਉਹ ਫਟੇ ਪੁਰਾਣੇ ਆਸਣ 'ਚ ਬੈਠਣ ਦੀ ਪਾਸੇ ਕਰਕੇ ਲੋਕਾਂ ਨੂੰ ਅੱਗੇ ਵਧੇ ਤੇ ਦੀਨ ਦੁਨੀਆਂ ਦੇ ਵਾਡੀ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹ ਫਟੀ ਬੋਰੀ ਤੇ ਆ ਚੌਂਕੜਾ ਲਾ ਕੇ ਬੈਠੇ, ਨਿਵਾਜਣ ਵਾਸਤੇ ਸਤਿਗੁਰੂ ਆਏ, ਧਾ ਕੇ ਵੈਦ ਸੁਜਾਨ ਹਜ਼ੂਰ ਦੇ ਚਰਨਾਂ ਤੇ ਡਿੱਗਿਆ ਸੱਚੇ ਪਾਤਸ਼ਾਹ। ਇੰਨੀ ਗਰੀਬ ਨਿਵਾਜੀ, ਇੰਨੀ ਗਰੀਬ ਨਿਵਾਜੀ, ਵੇਖੋ ਸੁਣਨ ਤੋਂ ਬੀਜ ਪਿਆ ਸੀ, ਖੇਤ ਤਿਆਰ ਹੋਇਆ ਸੀ, ਤੇ ਅੱਜ ਜਦੋਂ ਚਰਨਾਂ ਤੇ ਢਹਿ ਕੇ ਗਲਵੱਕੜੀ 'ਚ ਲਿਆ ਨਾ ਮਹਾਰਾਜ ਨੇ ਘੁੱਟ ਕੇ, ਤੇ ਸ਼ਾਇਦ ਅੰਦਰ ਦੀ ਇਹੀ ਅਵਸਥਾ ਹੋਏਗੀ। ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀਠ, ਹਰ ਦਰਗਾਹ ਕਾ ਬਸੀਠ, ਇਤਿਹਾਸ ਕਹਿੰਦਾ ਮਹਾਰਾਜ ਨੇ ਨਾਲ ਸਵਾਰੀ ਤੇ ਬਿਠਾਇਆ, ਅਨੰਦਪੁਰ ਸਾਹਿਬ ਲਿਆਂਦਾ,
खंडे बाटे की पहल बख्श के भाई सुजान सिंह बना के आख्या सदा ही आनंद का वासी हो, पर उहदे वास्ते प्रोसैस बड़ा वड्डा है। खेत तैयार होवे, खेत म्याला उच्चियां, बाबा कबीर साहब का बचन है कहिंदे जदों खेतां दीआं म्याला बन उच्ची होण ना ते फसल सुरक्षित रहिंदी, ये बड़ा जरूरी है। फिर उत्थे गुरु दे आ सरवण जिहड़े आ इहनां राहीं बीज अंदर पए, प्रेम का जल लगे, फिर मिलाप का फल लगता है। महाराज सारिआं ते बख्शिश करन, जीवन सफल होवे, गुरु प्रेम विच तुसीं रंगे जाओ, मेरे लिए भी असीस दिओ, भुल्लां बख्शणियां आ कौम दे आदर योग ढाडी। बड़े प्रेम विच भिज के आप जी नूं गुरु का इतिहास सुणाउंदे, बड़े सहज बड़े आनंद विच आप जी सरवण करो, लाहे लाओ, मेरियां भुल्लां गलतियां माफ़ करनियां जी, प्यार रखो। वाहिगुरु जी का खालसा।